ਚੱਲ ਵਧੀਆ ਹੋਇਆ ਚਾਚੀ ਨੇ ਪਾਥੀਆਂ ਦੇਤੀਆਂ। 15-20 ਦਿਨ ਤਾਂ ਲੰਘ ਹੀ ਜਾਣਗੇ ਇਹਦੇ ਨਾਲ। ਗੱਲ ਸੁਣ, ਰੋਟੀ ਟੁੱਕ ਤੂੰ ਛੇਤੀ ਕਰ ਲਿਆ ਕਰਨਾ, ਕਿੰਨਾ ਟਾਈਮ ਹੋਇਆ ਖੜਾ ਗਾ, ਹੁਣ ਬਾਬੂ ਬੋਲੂਗਾ ਜੇ ਲੇਟ ਜਾਊਗਾ। ਆ ਬਸ ਮੈਂ ਲੱਗੀ ਆ ਲਾਉਣ। ਗੱਲ ਸੁਣ, ਬਾਬੂ ਦਾ ਲੱਗਦਾ ਕਿੰਨੇ ਦਿਨ ਹੋ ਗਏ ਤੈਨੂੰ ਗੇੜੇ ਮਰਵਾਉਂਦੇ ਨੂੰ? ਤਾਂ ਮੇਰੇ ਪੈਸੇ ਦੇਣੇ ਕਿ ਨਹੀਂ? ਮਾਲਕੋ ਧਿਆਨ ਆਈ ਤੁਹਾਡੇ ਪੈਸਿਆਂ ਤੱਕ। ਤੁਸੀਂ ਜਿਹੜਾ ਸਾਨੂੰ ਘਰ ਕਿਰਾਏ ਤੇ ਤਾ, ਇਹੀ ਤੁਹਾਡੀ ਬਾਹਲੀ ਵੱਡੀ ਮਿਹਰਬਾਨੀ ਹੈ ਜੀ। ਤੁਹਾਡਾ ਹੱਲ ਕਰ ਦਾਂਗੇ ਪੈਸਿਆਂ ਦਾ ਜੀ। ਇਹ ਗੱਲਾਂ ਸੁਣਦੇ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ। ਅੱਜ ਸ਼ਾਮ ਤੱਕ ਜੇ ਮੇਰੇ ਪੈਸਿਆਂ ਦਾ ਹੱਲ ਨਾ ਕਰਿਆ ਨਾ, ਹਿਸਾਬ ਲਾਣੀ ਪਤਾ ਨਹੀਂ ਤੇਰਾ ਕੀ ਚੱਕ ਕੇ ਲੈ ਜਾ। ਮਾਲਕੋ ਲੈ ਕੇ ਜਾਣ ਨੂੰ ਸਾਡੇ ਘਰੇ ਕੀ ਚੀਜ਼ ਹੈ ਜੀ? ਹੈ ਤਾਂ ਤੇਰੇ ਕੋਲ ਬੜਾ ਕੁਛ ਹੈ, ਸ਼ਾਮ ਤੱਕ, ਸਮਝ ਗਿਆ? ਠੀਕ ਹੈ ਜੀ। ਜੀ ਮੇਰੀ ਗੱਲ ਸੁਣੋ, ਤੁਸੀਂ ਨਾ ਬਾਬੂ ਤੋਂ ਪੈਸੇ ਲਿਆ ਕੇ ਇਹਨੂੰ ਦੇ ਦਿਓ। ਏਦਾਂ ਚੰਗਾ ਨਹੀਂ ਲੱਗਦਾ, ਰੋਜ਼ ਮੰਗਣ ਆ ਜਾਂਦਾ ਇਹ। ਕਿੱਥੋਂ ਲਿਆ ਕੇ ਦੇਦਾ ਪੈਸੇ ਮੈਂ? ਉਦੋਂ ਤਾਂ ਮੈਂ ਬਾਬੂ ਤੋਂ ਤਾਂ ਪਹਿਲੀ ਫੜ ਰੱਖੇ ਨੇ ਪੈਸੇ, ਹੁਣ ਵਾਰੀ ਵਾਰੀ ਪੈਸੇ ਫੜਦਾ ਚੰਗਾ ਲੱਗਦਾ ਭਲਾ? ਮੈਨੂੰ ਨਹੀਂ ਪਤਾ, ਜੋ ਮਰਜ਼ੀ ਕਰੋ, ਆਪਾਂ ਹੋਰ ਪਾਸੇ ਤੰਗੀ ਕੱਟ ਲਾਂਗੇ, ਪਰ ਇਹਦੇ ਪੈਸੇ ਦੇ ਦਿਓ। ਇਹ ਬੰਦੇ ਜੀ ਤਾਂ ਮੈਨੂੰ ਝਾਕਣੀ ਨਹੀਂ ਸਹੀ ਲੱਗਦੀ। ਕੋਈ ਨਹੀਂ, ਕਰ ਦਾਂਗਾ ਮੈਂ ਹੱਲ, ਧਿਆਨ 'ਚ ਹੀ ਮੇਰੇ ਸਾਰਾ ਕੁਛ। ਚੱਲ ਛੱਡੋ, ਮੈਂ ਰੋਟੀ ਪਕਾ ਦਿੰਦੀ ਹਾਂ, ਤੁਸੀਂ ਲੇਟ ਹੋਈ ਜਾਂਦੇ ਹੋ। ਹਾਂ ਲੇਟ ਤਾਂ ਮੈਂ ਹੋਈ ਜਾਂਦਾ, ਤੂੰ ਰੋਟੀ ਪਕਾ ਕੇ ਨਾ ਉੱਥੇ ਹੀ ਲਈ, ਐਵੇਂ ਬਾਬੂ ਬੋਲੂਗਾ। ਠੀਕ ਹੈ, ਮੈਂ ਫੜਾਇਆ ਨਹੀਂ, ਹੁਣ ਮੈਂ ਜਾਂਦਾ ਚੰਗਾ ਕੰਮ 'ਤੇ। ਕਿੰਨਾ ਹੰਕਾਰੀ ਬੰਦਾ ਇਹ, ਵੀ ਅਸੀਂ ਕਿਹੜਾ ਭੱਜੇ ਜਾਂਦੇ ਹਾਂ, ਦੇ ਦਾਂਗੇ ਤੇਰੇ ਪੈਸੇ, 4 ਦਿਨ ਕਿਰਾਇਆ ਕਿ ਲੇਟ ਹੋ ਜਾਂਦਾ, ਇੱਦਾਂ ਹੀ ਆ ਜਾਂਦੇ ਨੇ ਗੇੜੇ ਮਾਰਨ ਰੋਜ਼ ਰੋਜ਼, ਪਤਾ ਨਹੀਂ ਕਿਵੇਂ ਖੇੜਾ ਛੁੱਟੂਗਾ ਇਹਦਾ। ਛੇਤੀ ਭਰੋ ਯਾਰ, ਕੰਮ ਪਹਿਲੀ ਬਹੁਤ ਲੇਟ ਚੱਲੀ ਜਾਂਦਾ। ਹੋਰ ਦੇਖਾਂ ਚੱਲ ਕੇ ਯਾਰ, ਬਹੁਤ ਔਖਾ ਯਾਰ ਭਰਾਵਾ, ਗਾਲਾਂ ਦਿਓ ਕਿ ਮੈਨੂੰ ਪਤਾ ਲੱਗਾ। ਸੰਗਤ ਤੇਰਾ ਟਾਈਮ ਆ ਯਾਰ ਇਹ ਆਉਣ ਦਾ, ਪਹਿਲਾਂ 2 ਟਰਾਲੇ ਸਵੇਰੇ ਭਰ ਕੇ ਤੋਰੇ ਨੇ, ਉਹਦੇ ਟਰਾਲੀ ਭਰੀ ਜਾਂਦੇ ਨੇ ਹੁਣ, ਜੇ ਤੂੰ ਇੰਨੀ ਲੇਟ ਆਏਗਾ ਕਿਵੇਂ ਕੰਮ ਪੂਰਾ ਹੋਊਗਾ ਯਾਰ? ਉਹ ਰੋਟੀ ਕਰਕੇ ਥੋੜ੍ਹਾ ਲੇਟ ਹੋ ਗਏ ਸੀਗੇ ਜੀ। ਰੋਟੀ ਕਰਕੇ ਲੇਟ ਹੋ ਗਿਆ ਸੀ, ਚੱਲ ਹੁਣ ਐਂ ਕਰ, ਉਹ ਦੇਖ ਮਾੜਾ ਟਰਾਲੀ ਜੀ ਭਰੀ ਜਾਂਦੇ ਨੇ, ਉਹ ਧਿਆਨ ਨਾਲ ਕੋਲੇ ਖੜ ਕੇ ਭਰਵਾ ਦੇ, ਠੀਕ ਆ? ਹਾਂਜੀ ਕੋਈ ਗੱਲ ਨਹੀਂ, ਠੀਕ ਹੈ ਦੇਖ। ਸੱਚ ਮਾਲਕੋ, ਇੱਕ ਪੈਸੇ ਚਾਹੀਦੇ ਸੀ ਥੋੜ੍ਹੇ ਜਿਹੇ। ਓਏ ਸੰਗਤ, ਹਜੇ ਤੈਨੂੰ 4 ਦਿਨ ਤਾਂ ਹੋਏ ਨੇ ਯਾਰ ਇੱਥੇ ਕੰਮ ਲੱਗੇ ਨੂੰ, ਠੀਕ ਆ? ਨਾਲੇ ਉਹਦੇ ਤੋਂ ਐਡਵਾਂਸ ਤਾਂ ਫੜ ਕੇ ਲੈ ਗਿਆ ਸੀਗਾ, ਹੁਣ ਇੰਨੀ ਛੇਤੀ ਕੀ ਲੋੜ ਪੈ ਗਈ ਤੈਨੂੰ? ਕਿਰਾਏ ਵਾਸਤੇ ਚਾਹੀਦੇ ਸੀ ਥੋੜ੍ਹੇ ਪੈਸੇ ਜੀ। ਚੱਲ ਕੋਈ ਗੱਲ ਨਹੀਂ, ਇੱਕ ਵਾਰੀ ਤੂੰ ਕੰਮ ਦੇਖ, ਫਿਰ ਕਰ ਲਾਂਗੇ ਆਪਾਂ ਸੈਟਿੰਗ, ਠੀਕ ਆ? ਚੱਲ ਪਹਿਲਾਂ ਉਹ ਦੇਖ ਕੰਮ ਜਿਹਦਾ, ਮਾੜਾ ਜਲਦੀ ਕਰ ਦੇ ਠੀਕ ਹੈ? ਉਹ ਕਹਿ ਤਾਂ ਤੈਨੂੰ ਕਰ ਦਾਂਗੇ, ਇੱਕ ਵਾਰ ਟਰਾਲੀ ਭਰਵਾ ਦੇ ਮਾੜਾ, ਉਹਨੂੰ ਮਾਲ ਤਾਂ ਪਾਉਣ ਤਾਂ ਕਰਦੇ ਯਾਰ। ਹਾਂ ਇਹਦੇ 'ਚ ਤਾਂ ਮੈਨੂੰ ਲੱਗਦਾ ਗੱਠਾ 2-4 ਹੀ ਪੈਣਗੀਆਂ, ਮੈਂ ਐਂ ਕਰਦਾ ਦੂਜਾ ਟਰੈਕਟਰ ਲਾ ਦੇਣਾ ਲਵੇ, ਹੈ ਨਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਰੋਟੀ ਫੜਾਉਣੀ ਸੀਗੀ ਸੰਗਤ ਨੂੰ। ਅੱਛਾ ਸੰਗਤ, ਹਾਂ ਰੋਟੀ ਆਈ ਹੈ ਤੇਰੀ, ਰੋਟੀ ਫੜ ਲਾ। ਰੋਟੀ ਲਿਆਈ? ਲਿਆ। ਉਹ ਸੰਗਤ ਸੱਚ ਨਾਲ ਤੂੰ ਕੀ ਕਹਿੰਦਾ ਸੀ ਉਹ ਕਿਰਾਏ ਦੇ ਪੈਸੇ ਪੂਸੇ ਨੂੰ, ਕੀ ਗੱਲ ਕਰਦਾ ਸੀ? ਉਹ ਤਾਂ ਕਿਰਾਏ ਦੇ ਪੈਸੇ ਦੇਣੇ ਸੀਗੇ ਜੀ, ਉਹ ਰੋਜ਼ ਗੇੜੇ ਜੇ ਮਾਰਦਾ ਨਾ ਘਰੇ, ਘਰੇ ਇਕੱਲੀ ਹੁੰਦੀ ਹੈ, ਮੈਨੂੰ ਭੈੜਾ ਲੱਗਦਾ ਸਰ। ਅੱਛਾ ਹੋਏ ਯਾਰ, ਫਿਰ ਤੂੰ ਪਹਿਲਾਂ ਦੱਸਣਾ ਸੀ ਗੱਲ, ਕਮਾਲ ਕਰਤੀ ਯਾਰ।
ਪੰਜੀ ਚਾਹੀਦਾ ਪੂਰਾ ਵੱਧ ਨਹੀਂ ਚਾਹੀਦੇ ਪੰਜੀ ਚਾਹੀਦੇ ਸੰਗਤ ਇੱਥੇ ਕੰਮ ਕਰਦਾ ਕੋਈ ਚੱਕਰ ਵਾਲੀ ਗੱਲ ਨੀ ਹਾਂ ਠੀਕ ਹੈ ਸੰਗਤ ਦੇਖ ਫਿਰ ਕੰਮ ਕਰ ਹਨਾ ਨਹੀਂ ਨਹੀਂ ਜੀ ਕੋਈ ਗੱਲ ਨੀ ਤੇ ਨਾਲੇ ਗੱਲ ਸੁਣ ਐਂ ਕਹਿੰਦਾ ਮੈਂ ਸਾਲੇ ਨੂੰ ਸਵੇਰੀ ਫੜਾ ਦਾਂਗਾ ਨਾ ਪੈਸੇ ਚੱਲ ਜੇ ਮੇਰੇ ਤੋਂ ਪਹਿਲਾਂ ਵੀ ਆ ਗਿਆ ਨਾ ਸਾਲੇ ਦੇ ਮੱਥੇ ਮਰੀ ਕੋਈ ਨਾ ਚਲੋ ਠੀਕ ਹੈ ਚੱਲ ਧਿਆਨ ਨਾ ਪਾਈ ਚੰਗਾ ਲੈ ਯਾਰ ਹੁਣ ਲੱਗ ਲਗਾ ਕੇ ਨਾ ਦੋ ਚਾਰ ਟਰਾਲੀਆਂ ਭਰਾਈ ਦੀ ਹੈ ਨਾ ਗੱਲ ਸੁਣ ਸੰਗਤ ਕੱਲ੍ਹ ਤੋਂ ਤੂੰ ਟਾਈਮ 'ਤੇ ਆਉਣਾ ਠੀਕ ਆ ਕੋਈ ਰੋਟੀ ਰੋਟੀ ਦਾ ਬਹਾਨਾ ਨਹੀਂ ਲਾਉਣਾ ਯਾਰ ਰੋਟੀ ਇਹ ਤੈਨੂੰ ਫੜਾ ਤਾਂ ਜਾਂਦੀ ਆ ਤੂੰ ਕਾਹਦੇ ਵਾਸਤੇ ਲੇਟ ਆਉਣਾ ਰੋਟੀ ਪਿੱਛੇ ਉਹ ਤਾਂ ਇਹਨੇ ਬਣਾਈ ਨਹੀਂ ਸੀ ਮੈਂ ਚੱਲ ਲੈ ਜਾਣਾ ਕਾਹਨੂੰ ਵਿਚਾਰੀ ਹੇਬੜ ਹੇਬੜ ਕਰਦੀ ਹਾਂ ਚੱਲ ਕੋਈ ਗੱਲ ਨਹੀਂ ਕੱਲ੍ਹ ਤੋਂ ਤੂੰ ਟਾਈਮ 'ਤੇ ਆ ਜਾ ਕਰ ਰੋਟੀ ਤੈਨੂੰ ਆਪੇ ਫੜਾ ਜਾ ਕਰੂ ਇਹ ਠੀਕ ਹੈ ਹਾਂ ਹਿਸਾਬ ਕਰਾ ਕੇ ਆਈਏ ਮੈਡਮ ਚਲੋ ਉਹ ਮਾਲਕੋ ਐਂ ਕਹਿੰਦੇ ਸੀਗੇ ਜੀ ਉਹ ਜਿਹੜਾ ਨਵਾਂ ਪਲੰਥ ਲੱਗਿਆ ਨਾ ਜੀ ਉਹਦੇ ਤੇ 800 ਨਵਾਂ ਆਇਆਗਾ ਜੀ ਇਹ ਬੰਡਲ ਇਹ ਤੇ ਉਹਦੀ ਮੈਂ ਬਿਲਟੀ ਪਾ ਦੀ ਸੀਗੀ ਇੱਕ ਵਾਰੀ ਚੈੱਕ ਕਰ ਲਿਓ ਹਾਂ ਕੋਈ ਗੱਲ ਨੀ ਚੱਲਿਆ ਹੁਣ ਤੂੰ ਹਾਂ ਜਾਂਦਾ ਸੀਗਾ ਜੀ ਮੈਂ ਠੀਕ ਹੈ ਕੋਈ ਗੱਲ ਨਹੀਂ ਅਤੇ ਗੱਲ ਸੁਣ ਸਵੇਰੇ ਟਾਈਮ ਨਾਲ ਆ ਜਾਈ ਠੀਕ ਆ ਰੋਟੀ ਕੁੜੀ ਫੜਾ ਜਾ ਕਰੂ ਤੈਨੂੰ ਆਪੇ ਅਤੇ ਹੈ ਨਾ ਕਹਿੰਦੇ ਤੈਨੂੰ ਪਤਾ ਸਵੇਰੇ ਸਵੇਰੇ ਕੰਮ ਹੁੰਦਾ ਯਾਰ ਵੀ ਸਵੇਰੇ ਤੂੰ ਟਾਈਮ ਨਾਲ ਆ ਜਾਈ ਆਪਦਾ ਅਤੇ ਨਾਲੇ ਧੰਨਵਾਦ ਜੀ ਉਹ ਕਿਰਾਏ ਵਾਸਤੇ ਉਹ ਨਹੀਂ ਯਾਰ ਕੋਈ ਗੱਲ ਨਹੀਂ ਤੂੰ ਇੱਥੇ ਕੰਮ ਕਰਦਾ ਇੰਨਾ ਕਹਿੰਦਾ ਮੇਰਾ ਫਰਜ਼ ਬਣਦਾ ਅਤੇ ਕੋਈ ਗੱਲ ਨਹੀਂ ਜਾ ਤੂੰ ਹੁਣ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਹੁਤ ਠੰਡ ਹੈ ਜੀ ਪਾਣੀ ਰੱਖ ਨਹੀਂ ਦਿੱਤਾ ਮੈਂ ਨਹਾ ਲੈਂਦਾ ਕੀ ਹੋ ਗਿਆ ਕੁਛ ਨਹੀਂ ਹੈ ਜੇ ਬੈਠੀ ਉਹ ਕਿਰਾਏ ਵਾਲਾ ਆ ਗਿਆ ਇਹਦੇ ਮੂੰਹ ਤੇ ਮਰੀ ਹੁਣ ਲੈ ਕੇ ਪੈਸੇ ਹਾਂ ਬਈ ਲੈ ਕਿਰਾਇਆ ਲਿਆਉਣਾ ਜੀ ਜਾਂ ਚੱਕ ਲੈਂਦਾ ਕੋਈ ਨਹੀਂ ਕਰ ਦਿੰਦੇ ਹੁਣ ਤੁਹਾਡਾ ਸਾਹਿਬ ਜੀ ਫੜਾ ਦੇ ਨਾ ਪੈਸੇ ਜਿਵੇਂ ਤੁਹਾਨੂੰ ਇਹ ਕਹਿੰਦੀ ਸੀਗੀ ਜਿਹੜੇ ਪੈਸੇ ਤੁਸੀਂ ਦਿੱਤੇ ਸੀਗੇ ਉਹ ਦੋ ਨਸ਼ੇੜੀ ਦੇ ਰਸਤੇ ਤੋਂ ਮੇਰੇ ਤੋਂ ਖੋ ਕੇ ਲੈ ਗਏ ਤੇ ਫਿਰ ਪਹਿਲਾਂ ਨਹੀਂ ਦੱਸਿਆ ਮੈਨੂੰ ਲੈ ਇੱਕ ਹੋਰ ਨਵਾਂ ਬਹਾਨਾ ਬਹਾਨੇ ਤੇ ਬਹਾਨਾ ਬਹਾਨੇ ਤੇ ਬਹਾਨਾ ਹੈ ਬਹਾਨਾ ਕਾਹਨੂੰ ਜੀ ਮੈਂ ਆਪ ਫੜੇ ਨਹੀਂ ਪੈਸੇ ਮਾਲਕਾਂ ਨੂੰ ਫੜ ਕੇ ਨੂੰ ਤਾਂ ਫੜਾਏ ਸੀ ਮੈਂ ਜੀ ਅਸੀਂ ਝੂਠ ਨਹੀਂ ਬੋਲਦੇ ਪਏ ਮੈਂ ਤਾਂ ਇਹਨਾਂ ਨੂੰ ਦੱਸਣਾ ਸੀ ਬਸ ਕਰ ਇੱਕ ਹੋਰ ਨਵਾਂ ਨਾਟਕ ਖੇਡ ਲਿਆ ਤੁਸੀਂ ਹਨਾ ਚੁੱਪ ਕਰਕੇ ਮੇਰੇ ਪੈਸੇ ਦੇ ਦੇ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਮਾਲਕੋ ਤੁਹਾਨੂੰ ਝੂਠ ਕਾਹਤੋਂ ਬੋਲਾਂਗੇ ਅਸੀਂ ਤੁਹਾਨੂੰ ਐਂ ਤਾਂ ਦੱਸਦੋ ਜੀ ਅਸੀਂ ਮੈਂ ਬਕਵਾਸ ਬੰਦ ਕਰ ਮੈਂ ਹੋਰ ਕੁਛ ਨਹੀਂ ਸੁਣਨਾ ਚੁੱਪ ਕਰਕੇ ਮੇਰੇ ਪੈਸੇ ਦੇ ਦੇ ਨਹੀਂ ਮੇਥੋਂ ਬੁਰਾ ਕੋਈ ਨਹੀਂ ਮਾਲਕੋ ਸਾਨੂੰ ਕੀ ਪਤਾ ਸਾਡੇ ਨਾਲ ਇਹੋ ਜਿਹਾ ਕੁਛ ਵਾਪਰ ਜੂਗਾ ਜੀ ਸਾਨੂੰ 2 ਕੁ ਦਿਨ ਦਾ ਟਾਈਮ ਹੋਰ ਦੇ ਦਿਓ ਮੈਂ ਤੁਹਾਡਾ ਹੱਲ ਕਰ ਦੂੰਗਾ ਹੁਣ ਤੁਹਾਨੂੰ ਰੋਜ਼ ਰੋਜ਼ ਟਾਈਮ ਹੀ ਦਿੰਦਾ ਰਹੂੰ ਮੈਂ ਚੁੱਪ ਕਰਕੇ ਮੇਰੇ ਪੈਸੇ ਦੇ ਦੇ ਨਹੀਂ ਤਾਂ ਮੇਥੋਂ ਬੁਰਾ ਕੋਈ ਨਹੀਂ ਕੀ ਗੱਲ ਹੋ ਗਈ ਸੰਗਤ
ਕਿਰਾਏਦਾਰ ਜਿਹੜੇ ਬਾਰੇ ਤੁਹਾਨੂੰ ਦੱਸਿਆ ਸੀਗਾ ਜੀ? ਕਿਰਾਏ ਦੇ ਪੈਸੇ ਦਿੱਤੇ ਤਾਂ ਸੀਗੇ, ਮੈਂ ਤੁਹਾਨੂੰ ਫੜਾ ਦਿਉ ਫਿਰ ਇਹਨੂੰ। ਸਾਡੀ ਤਾਂ ਕਿਸਮਤ ਹੀ ਮਾੜੀ ਹੈ ਜੀ, ਵਿਚਾਰੀ ਜਦੋਂ ਲੈ ਕੇ ਆ ਰਹੀ ਸੀ ਰਾਸਤੇ 'ਚ ਕਿਸੇ ਨੇ ਛੇੜੀਆਂ ਨੇ ਖੋਲੇ ਜੀ। ਓਹੋ, ਕਿੰਨੇ ਪੈਸੇ ਬਣਦੇ ਨੇ ਤੇਰੇ ਕੋਲ? 5,000। ਆ ਫੜ ਤੇਰਾ ਕਿਰਾਇਆ, ਅਤੇ ਗੱਲ ਸੁਣ, ਅੱਗੇ ਤਾਂ ਉਹਨਾਂ ਨੂੰ ਤੰਗ ਕਰਨ ਦੀ ਲੋੜ ਨਹੀਂ, ਸੁਣ ਗਿਆ ਨਾ? ਮੈਨੂੰ ਮੇਰਾ ਕਿਰਾਇਆ ਮਿਲ ਗਿਆ, ਹੁਣ ਮੈਂ ਕਿਉਂ ਕਿਸੇ ਨੂੰ ਤੰਗ ਕਰਨਾ? ਚੱਲ ਜਾ ਕਰੇ। ਧੰਨਵਾਦ ਜੀ, ਪਰ ਮਾਲਕੋ ਤੁਹਾਡੇ ਪੈਸੇ ਕਿਵੇਂ ਦੇਵਾਂਗੇ ਜੀ ਅਸੀਂ? ਉਹ ਕੋਈ ਗੱਲ ਨਹੀਂ ਸੰਗਤ, ਤੂੰ ਉੱਥੇ ਕੰਮ ਕਰੀ ਜਾਂਦਾ, ਕੋਈ ਗੱਲ ਨਹੀਂ, ਪੈਸੇ ਵੀ ਆਪੇ ਉੱਤਰ ਜਾਣਗੇ। ਨਾਲੇ ਗੱਲ ਸੁਣ, ਕੀ ਗੱਲ ਹੋ ਗਈ? ਪਤਾ ਨਹੀਂ ਜੀ, ਰਸਤੇ 'ਚ ਆਈ ਜਾਂਦੀ ਸੀਗੀ, ਰਸਤੇ ਵਿੱਚ ਆ ਰਹੀ ਸੀਗੀ ਤੇ ਮੋਟਰਸਾਈਕਲ ਤੇ ਦੋਨੋਂ ਛੇੜੀ ਸੀ, ਮੈਂ ਤਾਂ ਖੋ ਕੇ ਲੈ ਗਏ, ਮੈਨੂੰ ਪਤਾ ਵੀ ਨਹੀਂ ਲੱਗਿਆ ਕੌਣ ਸੀ। ਚੱਲ ਕੋਈ ਗੱਲ ਨਹੀਂ ਸੰਗਤ, ਤੂੰ ਖਿਆਲ ਰੱਖੀ ਹੁਣ ਇਹਦਾ, ਠੀਕ ਆ? ਤੇ ਰੋਟੀ ਰੋਟੀ ਖਾ ਲਈ ਸੀ, ਐਂ ਕਰ, ਆ ਲੈ ਥੋੜ੍ਹੇ ਜਿਹੇ ਪੈਸੇ ਹੋਰ ਲੈ। ਉਹ ਨਹੀਂ, ਚੱਲ ਰੱਖ ਲਾ, ਕੋਈ ਗੱਲ ਨਹੀਂ, ਖਾਣ ਪੀਣ ਦੇ ਕੰਮ ਆ ਜਾਊਗਾ। ਚੱਲਦਾ, ਠੀਕ ਆ, ਮੈਂ ਜੇ ਬਾਅਦ 'ਚ ਤੈਨੂੰ ਤੰਗ ਤੁੰਗ ਕਰਨ ਲੱਗਿਆ ਜਾਂ ਕੋਈ ਹੋਰ ਗੱਲ ਹੋਈ ਮੈਨੂੰ ਦੱਸਦੀ, ਫੋਨ ਕਰਦੀ, ਠੀਕ ਹੈ? ਠੀਕ ਹੈ ਜੀ, ਧੰਨਵਾਦ ਜੀ। ਠੀਕ, ਕਿੰਨਾ ਚੰਗਾ ਬੰਦਾ ਨਾ। ਪਰ ਤੁਹਾਨੂੰ ਨਾ ਐਂ ਪੈਸੇ ਨਹੀਂ ਲੈਣੇ ਚਾਹੀਦੇ ਸੀਗੇ, ਮੈਂ ਕਹਿੰਦੀ ਹਾਂ ਤੁਸੀਂ ਇਹ ਵਾਪਸ ਕਰ ਦਿਉ। ਵਾਪਸ ਕਾਹਦੇ ਵਾਸਤੇ ਕਰਨੇ ਆ, ਹੁਣ ਆਪਾਂ ਨੂੰ ਲੋੜ ਤਾਂ ਹੈਗੀ ਆ, ਨਾਲੇ ਮੈਂ ਕੰਮ 'ਤੇ ਲੱਗਿਆ ਹੈਗਾ, ਹੌਲੀ ਹੌਲੀ ਮੁੜੀ ਜਾਊਂਗਾ। ਚਲੋ ਠੀਕ ਹੈ ਜੀ, ਮੈਂ ਤੁਹਾਨੂੰ ਸਹੀ ਲੱਗਿਆ। ਅਤੇ ਨਾਲੇ ਮੈਂ ਤੈਨੂੰ ਕਿਹਾ ਜੀ ਵੀ ਧਿਆਨ ਨਾਲ ਆਈ, ਤੈਨੂੰ ਨਹੀਂ ਪਤਾ ਲੱਗਿਆ ਵੀ ਕੌਣ ਨੇ ਕਿਵੇਂ ਨੇ, ਮਾੜਾ ਮੋਟਾ ਮੂੰਹ ਮੈਂ ਦੇਖਿਆ ਉਹਨਾਂ ਦਾ। ਨਾ ਆ ਗਏ ਮੇਰੇ ਪੁੱਤ ਵੀ। ਹੋਰ ਮਾਤਾ ਠੀਕ ਹੈ ਹੁਣ? ਹਾਂ ਠੀਕ ਹੈ ਪੁੱਤ। ਦਵਾਈ ਦਵੂਈ ਲੈ ਲਈ ਸੀ ਟਾਈਮ 'ਤੇ? ਲੈ ਲਈ ਸੀ ਦਵਾਈ ਤਾਂ ਮੈਂ। ਮੇਰੀ ਗੱਲ ਸੁਣੋ, ਬਸ ਨਾ 5-7 ਦਿਨ ਦਾ ਕੰਮ ਹੋਰ ਜ਼ਿਆਦਾ, ਉਦੋਂ ਬਾਅਦ ਤੈਨੂੰ ਚੰਡੀਗੜ੍ਹ ਦਿਖਾ ਕੇ ਆਉਂਗਾ ਵਧੀਆ ਡਾਕਟਰ ਕੋਲ। ਬੇਕਾਰ ਨੂੰ ਪੁੱਤ, ਹੁਣ ਤਾਂ ਮੈਂ ਵਧੀਆ ਠੀਕ ਹੈ, ਤੂੰ ਆਪਦਾ ਕੰਮ ਕਰ ਲੈ। ਉਹ ਕੰਮ ਤਾਂ ਮੈਂ ਕਰੀਏ ਨਾ, ਮੈਂ ਥੋੜ੍ਹਾ ਕੰਮ ਦਾ ਰਾਹ ਜ਼ਿਆਦਾ, ਇੱਕ ਵਾਰ ਤੈਨੂੰ ਦਿਖਾ ਕੇ ਦਊਂਗਾ, ਟੈਸਟ ਟੁਸਟ ਤੇਰੇ ਸਾਰੇ ਚੈੱਕ ਕਰਵਾ ਕੇ ਆਵਾਂਗੇ ਇੱਕ ਵਾਰ ਆਪਾਂ ਦੋਵਾਂ। ਕੁਛ ਨਹੀਂ ਹੁੰਦਾ ਗਾ, ਇਹ ਨਹੀਂ ਮੈਂ ਮਰਦੀ ਹੈਗੀ, ਤੇਰਾ ਵਿਆਹ ਦੇਖ ਕੇ ਮਰੂੰਗੀ ਮੈਂ। ਉਹ ਤਾਂ ਠੀਕ ਹੈ, ਕਰ ਤੂੰ ਹੁਣ ਐਂ ਕਰ, ਰੈਸਟ ਕਰ, ਰੋਟੀ ਮੈਂ ਬਾਹਰੋਂ ਬਣੀ ਬਣਾਈ ਲੈ ਆਇਆ ਸੀਗਾ, ਮੈਨੂੰ ਨਾ ਥੋੜ੍ਹਾ ਜਿਹਾ ਕੰਮ ਜਿਹਾ ਰਹਿੰਦਾ ਹਜੇ, ਮੈਂ ਉੱਧਰੋਂ ਪੂਰਾ ਕਰ ਲਾਂ। ਕੋਈ ਨਹੀਂ ਪੁੱਤ, ਕੰਮ ਕਰ ਲਾ, ਤੂੰ ਮੇਰੇ ਨਾਲ ਟੈਸਟ ਵਾਲਿਆ ਕਰ। ਠੀਕ ਹੈ ਮਾਤਾ। ਹੋਰ ਲੈ ਦੇਖ ਲਾ ਕਿੰਨਾ ਸਿਆਣਾ ਗਾ, ਮੈਨੂੰ ਤਾਂ ਕੰਮ ਤੇ ਹੱਥ ਨਹੀਂ ਲਾਉਣ ਦਾ, ਬਾਹਰੋਂ ਰੋਟੀ ਲਿਆਇਆ, ਘਰ ਘਰ ਹੋਣਾ ਇਹੋ ਜਿਹੇ ਪੁੱਤ। ਹਾਂ ਸੰਜੇ, ਕੀ ਹਾਲ ਆ ਬਾਈ? ਠੀਕ ਹੈ, ਠੀਕ ਹੋ ਬਾਈ? ਕਮਾਲ ਹੈ ਕਰਤੀ ਯਾਰ ਤੁਸੀਂ, ਸਕੀਮ ਬੜੀ ਤਗੜੀ ਲਾਈ ਹੈ। ਉਹ ਹੈ ਹੀ ਆ ਯਾਰ, ਕਿੱਧਰ ਦੀ ਗੱਲ ਕਿੱਧਰ ਲੱਗੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਸੇ ਨੂੰ। ਮੇਰੀ ਗੱਲ ਸੁਣ, ਤੁਹਾਡਾ ਪਤਾ ਤਾਂ ਨਹੀਂ ਲੱਗਿਆ ਸੀਗਾ ਵੀ ਪੈਸੇ ਤੁਸੀਂ ਖੋ ਕੇ ਲੈ ਕੇ ਗਏ ਉਹਦੇ? ਨਾ ਨਾ ਬਾਈ, ਕਿੱਥੇ, ਮੈਂ ਨਾਲ ਲੈ ਕੇ ਦੀ ਬਾਈ ਨੂੰ ਵੱਡੇ ਨੂੰ। ਅੱਛਾ, ਮੂੰਹ ਬੰਨਿਆ ਨਹੀਂ ਚੰਗੀ ਤਰ੍ਹਾਂ? ਕੋਈ ਚੱਕਰ ਹੀ ਨਹੀਂ, ਮੈਂ ਕਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਾ ਉਹਦਾ ਵਿਚਾਰੀ। ਮੋਟਰਸਾਈਕਲ ਦੀ ਨੰਬਰ ਪਲੇਟ ਤਾਂ ਲਾ ਕੇ ਲੈ ਗਈ ਕਿ ਲੱਗੀ ਹੋਈ ਸੀ? ਮੋਟਰਸਾਈਕਲ ਦੀ ਨੰਬਰ ਪਲੇਟ ਹੈ ਨਹੀਂ ਬਾਈ, ਆਪਣੇ ਪਹਿਲੇ ਲਾ ਰੱਖੀ ਸੀ। ਓਏ ਕਿਆ ਬਾਤ ਆ, ਸਿਰਾ ਲਾਤਾ ਜਮਾ ਜਮੀ ਜਮੀ, ਮੈਂ ਕਹਿੰਦਾ ਸਵਾਦ ਹੀ ਆ ਗਿਆ ਯਾਰ। ਤੂੰ ਐਂ ਦੱਸ ਵੀ ਆਪਣੀ ਮਾੜੀ ਚੋਇਸ ਤਾਂ ਨਹੀਂ ਹੈਗੀ? ਹਾਏ ਹਾਏ ਬਾਈ, ਮੈਂ ਇਹੀ ਗੱਲ ਕਹਿਣ ਲੱਗਿਆ ਤੁਹਾਨੂੰ ਵੀ ਅੱਖ ਬੜੀ ਤਗੜੀ ਚੀਜ਼ 'ਤੇ ਰੱਖੀ ਆ ਯਾਰ ਤੁਸੀਂ। ਪਰ ਯਾਰ ਕਿਵੇਂ ਲੱਗਦਾ ਤੈਨੂੰ ਬਾਈ? ਮੈਨੂੰ ਤਾਂ ਲੱਗਦਾ ਵੀ ਆ ਜੋ ਹਿਸਾਬ 'ਚ ਕਹਾਣੀ ਤੁਹਾਡੀ, ਜਿਹੜੇ ਹਿਸਾਬ ਨਾਲ ਆਪਣੀ ਗੇਮਾਂ ਚੱਲੀ ਜਾਂਦੀਆਂ, ਜਿਹੜੇ ਹਿਸਾਬ ਨਾਲ ਸਕੀਮਾਂ ਪਾ ਰਹੇ ਹੋ ਨਾ, ਉਹ ਤਾਂ ਨਹੀਂ ਜਾਂਦੀ ਕਿਤੇ ਹੋਰ। ਠੀਕ ਹੈ, ਫਸੋ ਤੁਹਾਡੇ ਕੋਲ ਹੀ। ਅਤੇ ਨਾਲੇ ਗੱਲ ਸੁਣ, ਹਾਂ ਕਿਸੇ ਨੂੰ ਪਤਾ ਨਾ ਲੱਗੇ ਵੀ ਘਰ ਉਹ ਮੇਰਾ, ਕਿਰਾਇਆ ਲੈਣ ਤੂੰ ਹੀ ਆਉਣਾ। ਉਹ ਨਾ ਨਾ ਬਾਈ, ਆਪਾਂ ਕਿਸੇ ਨੂੰ ਕੀ ਪਤਾ ਲੱਗਣ ਦੇਣਾ, ਉਹ ਨਾਲੇ ਕਿਰਾਏ ਦੇ ਬਹਾਨੇ ਮੈਂ ਵੀ ਦੋ ਮਿੰਟ ਅੱਖਾਂ ਤੱਤੀਆਂ ਕਰਿਆ ਹੋਣਾ। ਕਰ ਲਾ ਮਜ਼ਾਕ ਸਾਰਾ, ਭਰਜਾਈ ਲੱਗ ਗਈ ਤੇਰੀ। ਚਲੋ ਉਹ ਤਾਂ ਠੀਕ ਹੈ ਬਾਈ, ਹੁਣ ਮੈਨੂੰ ਐਂ ਦੱਸੋ ਤੁਸੀਂ ਅਗਲਾ ਪਲਾਨ ਕੀ ਹੈ ਫਿਰ? ਓਏ ਨਹੀਂ ਸੰਜੇ, ਤੁਸੀਂ ਤਾਂ ਹੁਣ ਬਹੁਤ ਕਰਤੀ ਮੇਰੀ ਹੈਲਪ, ਹੁਣ ਤਾਂ ਮੈਂ ਹੀ ਜਾਊਂ ਸਿੱਧਾ ਡਾਇਰੈਕਟਰ ਦੇ ਕੋਲ। 2-3 ਵਾਰੀ ਜੋ ਉਹਦੇ ਮੂਹਰੇ ਨੰਬਰ ਜੇ ਤਾਂ ਬਣ ਗਏ ਮੇਰੇ, ਪਰ ਹੁਣ ਤਾਂ ਮੈਂ ਆਪ ਹੀ ਜਾਊਂਗਾ। ਆਹ ਕਰੀਏ ਨਾ ਮਰਦ ਵਾਲੀ ਗੱਲ। ਠੀਕ ਹੈ ਬਾਈ, ਚੱਲਦਾ ਯਾਰ ਫਿਰ, ਨਾਲੇ ਗੱਲ ਦਾ ਧਿਆਨ ਰੱਖੀ ਜਿਹੜੇ ਤੈਨੂੰ ਆਖੀ ਬਾਈ, ਕੋਈ ਪਰਵਾਹ ਨਾ ਮੰਨੋ। ਬਾਕੀ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਜਦੋਂ ਮਰਜ਼ੀ ਦੱਸ ਦੀ, ਠੀਕ ਹੈ ਨਾ? ਅਤੇ ਮੈਨੂੰ ਵੀ ਜਦੋਂ ਕਿਸੇ ਕੰਮ ਦੀ ਲੋੜ ਹੋਊ ਤਾਂ ਫੋਨ ਕਰੂੰਗਾ। ਹਾਜ਼ਰ ਹਾਂ ਤੁਹਾਡੇ ਵਾਸਤੇ ਯਾਰ, ਕੋਈ ਗੱਲ ਹੈ ਅੱਗੇ ਜਵਾਬ ਦਿੱਤਾ ਕਦੇ? ਪਰਵਾਹ ਨਾ ਕਰਿਆ ਕਰੋ ਸਾਡੇ ਹੁੰਦੇ। ਚੰਗਾ ਠੀਕ ਹੈ ਬਾਈ, ਧਿਆਨ ਰੱਖੀ। ਠੀਕ ਹੈ, ਹਾਂ ਹਾਂ ਠੀਕ ਹੈ, ਓਕੇ ਓਕੇ।
ਸਤਿ ਸ਼੍ਰੀ ਅਕਾਲ ਜੀ ਮਾਲਕੋ। ਸਤਿ ਸ਼੍ਰੀ ਅਕਾਲ। ਅੱਜ ਮੈਂ ਸੋਚਿਆ ਮੈਂ ਸਨੇਹੀ ਚੱਲੀਏ, ਨਾਲੇ ਰੋਟੀਆਂ ਨਾਲ ਹੀ ਲੈ ਚੱਲਦੇ ਹਾਂ। ਹਾਂ, ਫਿਰ ਅੱਜ ਕਿਵੇਂ ਰੋਟੀ ਨਾਲ ਹੀ ਲਿਆ, ਨਾਲੇ ਸਨੇਹੀ ਆ ਗਿਆ ਵੇ। ਉਹਨਾਂ ਜੀ ਉਹ ਵਾਰਦਾਤ ਜੀ ਤੋਂ ਬਾਅਦ ਤਾਂ ਮੈਂ ਕਿਹਾ ਫਿਰ ਉਹਨੂੰ ਸਵੇਰੇ ਸਨੇਹਾ ਠਾਦਿਆ ਕਰਾਂਗੇ, ਨਾਲੇ ਨਾਲ ਲੈ ਚੱਲਿਆ ਕਰਾਂਗੇ ਰੋਟੀ ਜੀ। ਅਤੇ ਠੰਡ ਵੀ ਕਾਫੀ ਹੁੰਦੀ, ਉਹਨੂੰ ਵੀ ਕੱਲ੍ਹ ਨੂੰ ਠੱਠ ਕਰਨਾ ਜੀ ਮੈਂ। ਚੱਲ ਕੋਈ ਨਹੀਂ, ਉਹਨਾਂ ਟਰਾਲੀ ਜੀ ਭਰੀ ਜਾਂਦੇ ਨੇ ਉਹ ਦੇਖ ਲਈ, ਅਤੇ ਨਾਲੇ ਆਹ ਸਵੇਰੇ ਭਰੀ ਆ ਕਿ ਰਾਤ ਭਰੀ ਆ ਇਹ ਰਾਤ ਵਾਲੀ ਆ ਜੀ, ਸਲਾਮ ਭੇਜਣੀ ਆ ਤਾਂ ਇਹਦੇ ਹੋ ਗਈ ਸਾਰੀ ਲਿਖਤ ਲਿਖਾਈ। ਹਾਂ, ਬਿਲਟੀ ਪਾਸ ਹੋ ਗਈ ਅਤੇ ਜਿਹਦੇ ਕੋਲ ਜਾਣੀ ਆ ਉਹਦੇ ਨਾਲ ਵੀ ਗੱਲਬਾਤ ਹੋ ਰਹੀ ਹੈ। ਠੀਕ ਹੈ ਠੀਕ ਹੈ, ਚੱਲ ਦੇਖ ਮਾੜਾ ਸਾਹ ਫੜਾ ਉੱਧਰ ਕੰਮ ਜਾ। ਹਾਂ, ਮੈਂ ਧਰਿਆ ਮੈਂ। ਉਹ ਜੀਤੇ ਇਹ ਸਾਲਾ ਰੋਟੀ ਆ ਚ ਨਾਲ ਹੀ ਲਿਆ ਆ, ਰਸਤਾ ਨਹੀਂ ਹੋ ਇੱਥੇ ਆਉਂਦੀ, ਘਰੇ ਇਕੱਲੀ ਹੋ, ਘਰੇ ਜਾ ਕੇ ਦੇਖਦਾ ਹੁਣ ਤਾਂ। ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਤਾਂ ਕਦੋਂ ਦੇ ਗਏ ਹੋਏ ਨੇ, ਚਲੇ ਗਏ ਉਹ ਤਾਂ ਕੰਮ 'ਤੇ? ਉਹ ਤਾਂ ਮੈਨੂੰ ਵੀ ਪਤਾ ਜੀ, ਉਹ ਕੰਮ 'ਤੇ ਚੱਲ ਗਏ, ਪਰ ਮੈਂ ਤਾਂ ਤੁਹਾਡੇ ਕੋਲ ਆਇਆ ਸੀ। ਮੇਰੇ ਕੋਲ ਮਤਲਬ ਤੁਹਾਡਾ? ਮਤਲਬ ਦੇਖੋ ਜੀ, ਮੈਨੂੰ ਘੁੰਮਾ ਫਿਰਾ ਕੇ ਗੱਲ ਕਰਨ ਦੀ ਆਦਤ ਤਾਂ ਹੈ ਨਹੀਂ। ਮੈਂ ਤੁਹਾਡੇ ਹੁਣ ਤੱਕ ਕਿੰਨੇ ਕੰਮ ਕਰਤੇ, ਤੁਹਾਨੂੰ ਐਡਵਾਂਸ 'ਚ ਪੈਸੇ ਦੇਤੇ, ਤੁਹਾਡੇ ਘਰ ਵਾਲੇ ਨੂੰ ਕੰਮ ਦੇ ਰੱਖਿਆ, ਅਤੇ ਜੇ ਹੋਰ ਵੀ ਤੁਹਾਨੂੰ ਪੈਸਿਆਂ ਦੀ ਲੋੜ ਆ ਨਾ ਤਾਂ ਮੇਰੇ ਤੋਂ ਜਦੋਂ ਮਰਜ਼ੀ ਮੰਗ ਸਕਦੇ ਹੋ। ਬਸ ਬੰਦਾ ਚਾਹੁੰਦਾ ਹੁੰਦਾ ਵੀ ਆਪਾਂ ਜਦੋਂ ਕਿਸੇ ਦਾ ਕੋਈ ਕੰਮ ਕਰੀਏ ਨਾ ਤਾਂ ਆਪਣਾ ਵੀ ਕੋਈ ਕੰਮ ਕਰੇ, ਸਮਝਦੇ ਮੇਰੀ ਗੱਲ ਨੂੰ? ਹਾਂਜੀ, ਉਹ ਤਾਂ ਹੈ, ਸਾਡੇ 'ਤੇ ਤੁਹਾਡੇ ਬਹੁਤ ਅਹਿਸਾਨ ਨੇ, ਪਰ ਤੁਸੀਂ ਦੱਸੋ ਅਸੀਂ ਕੀ ਹੈਲਪ ਕਰ ਸਕਦੇ ਤੁਹਾਡੀ? ਅਸੀਂ ਨਹੀਂ, ਤੂੰ। ਹਾਂਜੀ, ਮੈਂ ਕੀ ਹੈਲਪ ਕਰ ਸਕਦੀ ਤੁਹਾਡੀ? ਯਾਰ ਸਾਫ਼ ਜਿਹੀ ਗੱਲ ਇਹ ਆ, ਮੇਰਾ ਦਿਲ ਆ ਗਿਆ ਤੁਹਾਡੇ 'ਤੇ, ਪਿਆਰ ਕਰਦਾ ਤੁਹਾਨੂੰ। ਆ ਕੀ ਬੋਲੀ ਜਾਂਦੇ ਹੋ ਤੁਸੀਂ? ਜੋ ਕਿਹਾ ਨਾ ਸੱਚ ਹੀ ਕਿਹਾ। ਨਾਲੇ ਮੇਰੀ ਗੱਲ ਸੁਣੋ, ਜਿਸ ਦਿਨ ਤੁਸੀਂ ਇਹ ਘਰ ਕਿਰਾਏ 'ਤੇ ਲੈਣ ਆਏ ਸੀ ਨਾ, ਮੈਂ ਤੁਹਾਨੂੰ ਦੇਖ ਕੇ ਇਹ ਘਰ ਕਿਰਾਏ 'ਤੇ ਦਿੱਤਾ। ਪਰ ਇਹ ਤਾਂ ਘਰ ਕਿਸੇ ਹੋਰ ਦਾ ਆ, ਅਤੇ ਕਿਰਾਇਆ ਲੈਣ ਵੀ ਕੋਈ ਹੋਰ ਹੀ ਆਉਂਦਾ। ਉਹ ਵੀ ਮੇਰਾ ਬੰਦੀ ਹੈ ਜਿਹੜਾ ਤੁਹਾਡੇ ਤੋਂ ਕਿਰਾਇਆ ਲੈਣ ਆਉਂਦਾ, ਅਤੇ ਇਹ ਘਰ ਮੇਰਾ ਹੀ ਆ। ਨਾਲੇ ਮੇਰੀ ਗੱਲ ਸੁਣੋ, ਅੱਜ ਮੈਂ ਪਹਿਲੀ ਵਾਰ ਆਇਆ ਅਤੇ ਤੁਹਾਡੇ 'ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਂਦਾ, ਤੁਹਾਨੂੰ ਸੋਚਣ ਦਾ ਸਮਾਂ ਦਿੰਦਾ, ਬਸ ਮੈਨੂੰ ਤੁਹਾਡੀ ਹਾਂ ਚਾਹੀਦੀ ਆ। ਇਹਨੂੰ ਚਾਹੇ ਤੁਸੀਂ ਧਮਕੀ ਸਮਝ ਲਓ ਅਤੇ ਚਾਹੇ ਪਿਆਰ। ਮੈਨੂੰ ਨਾ ਤੁਹਾਡੇ ਪਿਆਰ ਦੀ ਲੋੜ ਨਹੀਂ ਹੈਗੀ, ਅਸੀਂ ਗਰੀਬ ਜ਼ਰੂਰ ਹਾਂ ਪਰ ਨਾ ਤੁਹਾਡੇ ਪੈਸੇ 'ਤੇ ਜ਼ੋਰ 'ਤੇ ਤੁਸੀਂ ਮੈਨੂੰ ਖਰੀਦ ਨਹੀਂ ਸਕਦੇ, ਨਾਲੇ ਵੈਸੇ ਵੀ ਮੈਂ ਆਪਣੇ ਘਰ ਵਾਲੇ ਨਾਲ ਖੁਸ਼ ਹਾਂ, ਅਤੇ ਤੁਸੀਂ ਇੱਥੋਂ ਚਲੇ ਜਾਓ, ਇਹੀ ਚੰਗਾ ਹੋਊਗਾ ਤੁਹਾਡੇ ਲਈ। ਚਲਾ ਤਾਂ ਮੈਂ ਜਾਂਦਾ, ਪਰ ਜਦੋਂ ਅਗਲੀ ਵਾਰ ਆਊਂਗਾ ਨਾ ਮੈਨੂੰ ਤੇਰੇ ਆਹ ਸਵਾਲ ਜਵਾਬ ਨਹੀਂ ਚਾਹੀਦੇ। ਚੱਲ ਠੀਕ ਹੈ। ਨਾਲੇ ਇੱਕ ਗੱਲ ਹੋਰ, ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰੀ, ਨਾਲੇ ਤਾਂ ਤੁਹਾਨੂੰ ਇਸ ਘਰ 'ਚੋਂ ਕੱਢੂ ਅਤੇ ਨਾਲੇ ਉਹਨੂੰ ਨੌਕਰੀ ਤੋਂ ਕੱਢੂ। ਸੁਣ ਗਿਆ ਨਾ? ਕੀ ਹਾਲ ਆ ਬਈ? ਠੀਕ ਆ ਸੰਜੇ, ਵਧੀਆ। ਯਾਰ ਇੱਥੇ ਪਾਰ ਗਿਆ ਜੀ, ਕਦੋਂ ਬੁਲਾ ਲਿਆ? ਮੈਂ ਆਪ ਹੀ ਆਇਆ ਲਗਡਾਊਨ 'ਚ। ਉਹ ਯਾਰ ਸੰਜੇ, ਤੈਨੂੰ ਵੀ ਪਤਾ ਵੀ ਉੱਥੇ ਉਹ ਗਰੀਬ ਜਿਹਾ ਫਿਰਦਾ, ਮੈਂ ਨਹੀਂ ਚਾਹੁੰਦਾ ਵੀ ਉਹਦੇ ਸਾਹਮਣੇ ਤੈਨੂੰ
ਬੁਲਾਵਾਂ ਜਾਂ ਆਪਣਾ ਕੁਛ ਪਤਾ ਲੱਗੇ। ਚੱਲ ਕੋਈ ਨਹੀਂ, ਮੈਂ ਤੈਨੂੰ ਐਂ ਕਹਿੰਦਾ ਸੀ ਵੀ ਨਾ ਮੈਂ ਹੁਣੀ ਉਹਦੇ ਘਰੋਂ ਆਇਆ ਯਾਰ। ਅੱਛਾ, ਮੈਨੂੰ ਨਹੀਂ ਲੱਗਦਾ ਯਾਰ ਵੀ ਉਹ ਮੰਨੂਗੀ। ਬਾਈ ਤੂੰ ਵੀ ਮਿੰਨਤਾਂ ਹੀ ਕਰੀ ਜਾਂਦਾ ਯਾਰ, ਉਹ ਐਂ ਤਾਂ ਤੈਨੂੰ ਮੇਰੇ ਸੁਭਾਅ ਦਾ ਪਤਾ, ਮੈਂ ਮਿੰਨਤਾਂ ਕਰਨ ਵਾਲਾ ਵੀ ਨਹੀਂ ਹੈਗਾ, ਪਰ ਮੈਨੂੰ ਐਂ ਆ ਵੀ ਜਿਹੜਾ ਕੰਮ ਪਿਆਰ ਨਾਲ ਹੋ ਜਾਏ ਨਾ ਉਹਦੇ ਵਰਗੀ ਸਾਲੀ ਰੀਸ ਨਹੀਂ ਹੁੰਦੀ। ਬਾਈ ਤੂੰ ਹੁਕਮ ਕਰ ਯਾਰ, ਨਹੀਂ ਤਾਂ ਫਿਰ ਘਰ ਜਾ ਕੇ ਹੋ। ਨਹੀਂ ਨਹੀਂ ਐਂ ਨਹੀਂ ਹਜੇ ਕਰਨਾ, ਕਹਿ ਰਿਹਾ ਮੈਂ ਉਹਨੂੰ ਵਾਰਨਿੰਗ ਜੀ ਦੇ ਆਇਆ ਇੱਕ ਵਾਰੀ, ਮੈਂ ਕਿਹਾ ਚੱਲ ਉਹਨੂੰ ਵੀ ਸੋਚਣ ਦਾ ਟਾਈਮ ਦੇ ਦਈਏ, ਪਰ ਅੱਗੇ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਜਾਂ ਕੋਈ ਵੀ ਕਾਂਡ ਕਰਨਾ ਹੋਇਆ ਬਾਈ ਮੈਨੇ ਤਿਆਰ ਰਹੀ ਜਮਾਂ, ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਉਹ ਸੌਖੇ ਤਰੀਕੇ ਨਾਲ ਮੰਨ ਜੂਗੀ। ਬਾਈ ਕਹਿਣ ਦੀ ਗੱਲ ਹੈ ਕੋਈ, 24 ਘੰਟੇ ਹਾਜ਼ਰ ਹਾਂ ਤੇਰੇ ਲਈ, ਰਾਤ ਨੂੰ ਅੱਧੀ ਰਾਤ ਨੂੰ ਫੋਨ ਕਰਦੀ। ਠੀਕ ਹੈ ਅਤੇ ਚੱਲ ਠੀਕ ਹੈ ਫਿਰ, ਕਿਸੇ ਚੀਜ਼ ਦੀ ਲੋੜ ਤਾਂ ਨਹੀਂ? ਨਾ ਨਾ ਬਾਈ ਲੋੜ ਤਾਂ, ਚਲ ਮੈਂ ਹੀ ਛੱਡ ਦਿੰਦਾ ਫਿਰ ਤੈਨੂੰ। ਹਾਂ ਚਲੋ ਇੱਧਰ ਹੀ ਚੱਲ। ਹਾਂ ਆ ਜਾ, ਟੈਨਸ਼ਨ ਨਹੀਂ ਲੈਣੀ ਬਾਈ ਕੋਈ, ਆਪਾਂ ਹੈਗੇ ਕੋਈ ਚੱਕਰ ਨਹੀਂ। ਓਹੋ ਅੱਜ ਤੱਕ ਕੰਮ ਬਾਹਲਾ ਸੀਗਾ, ਕਿਵੇਂ ਹੈ ਜੇ ਬੈਠੀਆਂ? ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀਗੀ। ਤੂੰ ਮੇਰੇ ਨਾਲ ਮੇਰੀ ਗੱਲ ਸੁਣ, ਅੱਜ ਤੱਕ ਕੰਮ ਬਾਹਲਾ ਨਜਾਇਜ਼ ਸੀਗਾ, ਮੈਂ ਤਾਂ 2-3 ਪਲੰਥ ਲਾ ਤੇ ਉੱਥੇ, ਬਾਬੂ ਨੇ ਖੁਸ਼ ਹੋ ਕੇ ਮੈਨੂੰ 500 ਦਾ ਨੋਟ ਦਿੱਤਾ, ਕਹਿੰਦਾ ਐਸ਼ ਕਰ ਬਾਹਲੀ ਚੰਗਾ ਬਾਬੂ ਆਪਣਾ ਦਾ। ਅਤੇ ਤੂੰ ਕੀ ਕਹਿੰਦੀ ਸੀ? ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤਾਂ ਤੁਹਾਨੂੰ ਇਸ ਘਰ 'ਚੋਂ ਕੱਢੂ ਅਤੇ ਨਾਲੇ ਉਹਨੂੰ ਨੌਕਰੀ ਤੋਂ ਕੱਢੂ। ਸੁਣ ਗਿਆ ਨਾ? ਹਾਂ। ਓਹ ਮੈਂ ਇਹ ਕਹਿੰਦੀ ਸੀਗੀ, ਮੈਂ ਹੁਣ ਨਾ ਪਾਣੀ ਗਰਮ ਕਰ ਦਿੰਦੀ ਹਾਂ, ਤੁਸੀਂ ਨਹਾ ਲਓ ਅਤੇ ਨਾਲੇ ਠੰਡ ਬਹੁਤ ਆ, ਧਿਆਨ ਰੱਖਿਆ ਕਰੋ ਆਪਣਾ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਂ ਵੀ ਕੋਈ ਸਬਜ਼ੀ ਭਾਜੀ ਅੱਜ ਕੀ ਚੰਗੀ ਲੈ ਕੇ ਆਉਣਾ। ਚੰਗਾ, ਠੀਕ ਹੈ, ਤੂੰ ਪਾਣੀ ਗਰਮ ਰੱਖ। ਗਰੀਬ ਜੇ ਬੰਦੇ ਦਾ ਖੜਾ ਨੀ ਛੱਡਦੀ, ਜੋ ਸੂਟ ਕਿਹਾ ਕਰੇਗੀ ਨਾ ਉਹ ਮਿਲਿਆ ਕਰੂ, ਜੋ ਚੀਜ਼ ਮੰਗਿਆ ਕਰੇਗੀ ਪਹਿਲਾਂ ਹਾਜ਼ਰ ਹੋਇਆ ਕਰੂ। ਮੈਨੂੰ ਤੁਹਾਡੀ ਇਹ ਚੀਜ਼ਾਂ ਦੀ ਲੋੜ ਨੀ ਹੈਗੀ, ਨਾਲੇ ਤੁਸੀਂ ਆਪਣੇ ਪੈਸੇ ਦੇ ਦਮ ਤੇ ਮੈਨੂੰ ਖਰੀਦ ਨਹੀਂ ਸਕਦੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਂ ਇੱਕ ਵਿਆਹੀ ਵਰੀ ਆ, ਐਵੇਂ ਦੀਆਂ ਗੱਲਾਂ ਕਰਦੇ ਹੋ ਮੇਰੇ ਨਾਲ, ਤੁਹਾਨੂੰ ਮੈਂ ਪਿਆਰ ਨਾਲ ਸਮਝਾਉਂਦੀ ਆ, ਇੱਥੋਂ ਚੱਲ ਜਾਓ। ਯਾਰ ਮੈਂ ਵੀ ਤਾਂ ਪਿਆਰ ਨਾਲ ਹੀ ਗੱਲ ਕਰ ਰਿਹਾ, ਚਾਹੇ ਇਹ ਸਮਝ ਲਾ ਵੀ ਮੇਰੇ ਪਿਆਰ ਕਰਨ ਦਾ ਤਰੀਕਾ ਹੀ ਇਹ ਆ। ਮੈਂ ਹੱਥ ਜੋੜਦੀ ਆ ਤੁਹਾਡੇ ਮੂਹਰੇ, ਪਲੀਜ਼ ਚੱਲ ਜਾਓ ਇੱਥੋਂ। ਯਾਰ ਹੱਥ ਜੋੜਨ ਦੀ ਲੋੜ ਨਹੀਂ, ਪਲੀਜ਼। ਇਹ ਕੀ ਕਰ ਰਹੇ ਹੋ ਤੁਸੀਂ? ਲੱਗਦਾ ਤੂੰ ਐਂ ਨਹੀਂ ਲੋਟ ਆਉਂਦੀ। ਕੀ ਹਰਕਤ ਹੈ ਤੁਹਾਡੀ? ਮੈਂ ਤੈਨੂੰ ਕਹਿ ਰਹੀ ਨਹੀਂ ਪਰੇ ਹਟੋ। ਵਿੱਕੀ ਹੋਈ ਦਾ ਫੋਨ 10 ਵਾਰੀ। ਹੈਲੋ। ਹਾਂ ਬਾਈ, ਕੀ ਗੱਲ ਹੋ ਗਈ? ਅੱਛਾ ਯਾਰ, ਬਾਈ ਬਣ ਕੇ ਤੁਸੀਂ ਖਿਆਲ ਰੱਖਿਓ ਯਾਰ, ਮੈਂ ਹੁਣੀ ਆ ਗਿਆ 2 ਮਿੰਟ 'ਚ ਹੀ। ਆ ਗਿਆ ਬਾਈ ਮੈਂ ਬਸ। ਬਾਬੂ ਜੀ ਤੁਸੀਂ ਕਿਵੇਂ ਮੇਰੇ ਘਰ? ਯਾਰ ਸੰਗਤ ਤਾਂ ਮੈਂ ਤੈਨੂੰ ਬਾਅਦ 'ਚੋਂ ਦੱਸੂ, ਮੇਰੀ ਨਾ ਮਾਤਾ ਜ਼ਿਆਦਾ ਸੀਰੀਅਸ ਹੋ ਰਹੀ ਹੈ, ਮੈਨੇ ਹੋਸਪਿਟਲ ਜਾਣਾ ਇੱਕ ਵਾਰ। ਚਲੋ ਬਾਬੂ ਜੀ, ਫਿਰ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਜੀ, ਆ ਜਾਓ। ਚੱਲ ਯਾਰ, ਐਕਚੁਅਲ 'ਚ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ, ਜੇ ਕੋਈ ਆਉਂਦਾ ਇਹਨਾਂ ਦੇ ਘਰ ਦਾ ਦੱਸੋ, ਅਸੀਂ ਇਲਾਜ ਸਟਾਰਟ ਕਰੀਏ। ਸਰ ਆ ਰਿਹਾ ਜੀ ਇਹਨਾਂ ਦਾ ਬੇਟਾ, ਪਹਿਲਾਂ ਤਾਂ ਫੋਨ ਹੀ ਨਹੀਂ ਚੱਕਿਆ, ਹੁਣ ਕਹਿੰਦਾ ਮੈਂ 5-10 ਮਿੰਟਾਂ 'ਚ ਪਹੁੰਚ ਗਿਆ ਜੀ। ਪਤਾ ਨਹੀਂ, ਪਹਿਲਾਂ ਵੀ ਕੋਈ ਚੈੱਕਅਪ ਕਰਾਉਣਾ ਬਣਦਾ ਸੀ, ਬਹੁਤ ਜ਼ਿਆਦਾ ਅਨੀਮਿਕ ਹੋ ਰਹੇ ਨੇ, ਯਾਨੀ ਕਿ ਇਹਨਾਂ ਅੰਦਰ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਰਹੀ ਹੈ। ਓਏ ਆ ਜਾ ਹੈਪੀ ਯਾਰ, ਕਿੱਥੇ ਰਹਿ ਗਿਆ ਸੀ ਤੂੰ, ਕਦੋਂ ਦਾ ਫੋਨ ਲਾਈ ਜਾਣਾ ਮੈਂ ਤੈਨੂੰ। ਕੀ ਹੋ ਗਿਆ ਬਈ ਮਾਤਾ ਨੂੰ?
ਉਹ ਯਾਰ ਮੈਂ ਤਾਂ ਕੰਮ ਕਰਨ ਲੱਗ ਰਿਹਾ ਸੀ ਘਰੇ, ਮੈਂ ਤਾਂ ਮਾਸੀ ਦੀ ਕੂਕ ਸੁਣੀ, ਡਿੱਗ ਵੀ ਚੱਕਰ ਖਾ ਕੇ। ਉਹ ਡਾਕਟਰ ਸਾਹਿਬ ਨੇ ਦੱਸਿਆ ਖੂਨ ਦੀ ਜਾਂਚ ਕਰਨ ਦਾ ਟਾਈਮ ਨਹੀਂ ਜੀ, ਤੁਸੀਂ ਜ਼ਿਆਦਾ ਭਾਵਨਾਵਾਂ 'ਚ ਬਹਿ ਰਹੇ ਹੋ, ਇਹਨਾਂ ਦਾ ਲਾਸਟ ਸਟਾਰਟ ਕਰੀਏ, ਸਾਨੂੰ ਪਰਮਿਸ਼ਨ ਦਿਓ। ਡਾਕਟਰ ਸਾਹਿਬ ਹੋਇਆ ਕੀ ਦੱਸ ਤਾ ਦਿਓ, ਇਹਨਾਂ ਅੰਦਰ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ, ਪਹਿਲਾਂ ਇਹਨਾਂ ਦਾ ਕੋਈ ਵੀ ਚੈੱਕਅਪ ਨਹੀਂ ਹੋਇਆ। ਫਿਰ ਡਾਕਟਰ ਸਾਹਿਬ ਤੁਸੀਂ ਮੇਰਾ ਖੂਨ ਕੱਢੋ ਨਾ, ਐਂ ਨਹੀਂ ਜੀ ਲੈ ਸਕਦੇ ਅਸੀਂ, ਇਹਨਾਂ ਦਾ ਜਿਹੜਾ ਬਲੱਡ ਗਰੁੱਪ ਹੈ ਉਹ ਬਹੁਤ ਮਾਈਨਰ ਹੈ, ਯਾਨੀ ਕਿ ਉਹ ਨੈਗੇਟਿਵ ਹੈ। ਤੁਹਾਡਾ ਕਿਹੜਾ ਬਲੱਡ ਗਰੁੱਪ ਹੈ? ਮੇਰਾ ਤਾਂ ਏ ਪੋਜ਼ਿਟਿਵ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ ਤੁਸੀਂ ਮੇਰਾ ਬਲੱਡ ਚੈੱਕ ਕਰੋ ਜੀ, ਮੇਰਾ ਦੇਖੋ ਕਿਹੜਾ ਬਲੱਡ ਹੈ। ਹਾਂ ਇਹਨਾਂ ਚੈੱਕ, ਤੂੰ ਹੈਪੀ ਐਂ ਕਰ, ਕਿਤਨਾ ਕਿਤੇ ਵੀਰ ਬਣ ਕੇ ਇੰਤਜ਼ਾਮ ਕਰ, ਪਹਿਲਾਂ ਮੈਂ ਵੀ ਚੈੱਕ ਕਰਾਇਆ, ਮਿਲਦਾ ਨਹੀਂ ਛੇਤੀ ਇਹ ਗਰੁੱਪ। ਕਰਦਾ ਮੈਂ ਬਾਈ ਪਤਾ ਹੋਣੀ। ਹੋਰ ਚਾਚੀ ਹੁਣ ਤਾਂ ਠੀਕ ਹੈ ਤੂੰ? ਉਹ ਕੀ ਦਾ ਫੋਨ ਆ ਗਿਆ, ਤਾਂ ਕੰਮ ਵੀ ਨਹੀਂ ਕਰ ਦਿੰਦੇ। ਹੈਲੋ ਗੁਰਪ੍ਰੀਤ ਬਾਈ, ਯਾਰ ਮਾਤਾ ਨਾ ਬਾਲੀ ਬਿਮਾਰ ਹੋ ਰਹੀ ਹੈ, ਉਹਦਾ ਖੂਨ ਚਾਹੀਦਾ, ਆ ਜਾ ਬਾਈ ਮੁੜ ਕੇ ਯਾਰ। ਸਰ ਯਾਰ ਅਸੀਂ ਕੀ ਕਰੀਏ, ਖੂਨ ਚਾਹੀਦਾ ਹੈਗਾ, ਜਦੋਂ ਲੋੜ ਪੈਂਦੀ ਉਦੋਂ ਤੁਸੀਂ ਫੋਨ ਕਰਨ ਲੱਗ ਜਾਂਦੇ ਹੋ, ਊਂ ਸਾਡੇ ਆ ਕੇ ਨਹੀਂ ਖੜਦੇ ਘਰੇ। ਬਾਈ ਮੁੜ ਕੇ ਯਾਰ ਕੋਈ ਗੱਲ ਨਹੀਂ, ਆਪਾਂ ਬੈਠ ਕੇ ਮਤਲਬ ਸਮਝਾਵਾਂਗੇ, ਵਾਰੀ ਆ ਜਾਓ ਯਾਰ ਬਾਈ ਬੜੇ। ਉਹ ਨਾ ਬਾਈ ਖੂਨ ਖਾਣ ਨਹੀਂ ਦਿੰਦੇ ਹੈਗੇ ਯਾਰ, ਮੈਂ ਆਪਦਾ ਜਿਵੇਂ ਮਰਜ਼ੀ ਹੱਲ ਕਰ, ਕਿਸੇ ਮਰਜ਼ੀ ਪਾਸੇ ਹੋਰ ਪਾਸੇ ਹੱਲ ਕਰ ਲੈ, ਠੀਕ ਹੈ? ਠੀਕ ਹੈ ਬਾਈ। ਹਾਂ ਕੋਈ ਵੀ ਖੂਨ ਨੂੰ ਹਾਂ ਨਹੀਂ ਕਰ ਰਿਹਾ ਯਾਰ। ਹੈਪੀ ਤੂੰ ਐਂ ਕਰ, ਇੱਥੇ ਬੈਠ ਕੇ ਕੁਛ ਨਹੀਂ ਬਣਨਾ, ਮੈਨੂੰ ਜਾਣ ਦੇ, ਤੂੰ ਮੰਮੀ ਲਵੇ ਰਹਿ। ਬਾਈ ਮੈਂ ਕਿਹਾ ਛੇਤੀ ਪਤਾ ਕਰਕੇ ਆਈ, ਚੰਗਾ ਮੈਂ ਵੀ ਕਰਦਾ ਫੋਨ ਬੇਬੇ। ਇਹਨਾਂ ਦਾ ਬਲੱਡ ਗਰੁੱਪ ਵੀ ਮੈਚ ਨਹੀਂ ਕਰ ਰਿਹਾ, ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਜਲਦੀ ਇੰਤਜ਼ਾਮ ਕਰੋ ਜੋ ਵੀ ਕਰਨਾ। ਮੈਂ ਕਹਿੰਦਾ ਸੀਗਾ ਤੁਸੀਂ ਫਿਕਰ ਨਾ ਕਰੋ, ਮੈਂ ਵੀ ਕਰਦਾ ਕੋਈ ਨਾ ਕੋਈ ਹੱਲ ਜੀ, ਪਿੰਡ 'ਚ ਜਾ ਕੇ ਕੋਈ ਬੰਦਾ ਲੱਭ ਕੇ ਲੈ ਕੇ ਆਉਣਾ ਮੈਂ ਵੀ ਜੀ। ਠੀਕ ਆ ਬੈਠੇ ਕੁਲਦੀਪ ਹੋਰੀ। ਬਾਈ ਕੁਲਦੀਪ ਆ ਬਾਈ, ਕੀ ਹਾਲ ਆ ਬਾਈ? ਠੀਕ ਆ ਬਾਈ। ਬਾਈ ਮਾੜਾ ਚੱਲੀ ਮੇਰੇ ਨਾਲ ਯਾਰ। ਕੀ ਹੋ ਗਿਆ ਬਾਈ? ਬਾਈ ਮੇਰੇ ਨਾ ਜਿੱਥੇ ਮੈਂ ਕੰਮ ਕਰਦਾ ਯਾਰ, ਉੱਥੇ ਉਹਦੀ ਮਾਂ ਢਿੱਲੀ ਹੈਗੀ ਉਹਦੇ ਬਾਈ ਦੀ ਯਾਰ, ਮਾੜਾ ਖੂਨ ਦੇਣਾ ਸੀ ਯਾਰ। ਨਹੀਂ ਨਹੀਂ ਬਾਈ ਯਾਰ, ਕਿਹੜਾ ਬਲੱਡ ਗਰੁੱਪ ਕਿਹੜਾ ਤੇਰੇ? ਮੈਨੂੰ ਐ ਨਹੀਂ ਬਾਈ ਪਤਾ ਬਾਈ, ਆਪਾਂ ਚੈੱਕ ਕਰਾ ਲਾਂਗੇ ਬਾਈ ਬਣ ਕੇ। ਨਾ ਬਾਈ ਮੈਂ ਜਾਣਾ, ਮੈਨੂੰ ਕੰਮ ਹੈਗਾ। ਉਹ ਯਾਰ ਬਾਈ ਬਣ ਕੇ ਕਿਸੇ ਦੀ ਜਾਨ ਬਾਜੂ ਯਾਰ ਤੁਹਾਡੇ ਕੋਲ, ਬਾਈ ਤੇਰਾ ਕਿਹੜਾ ਯਾਰ? ਨਾ ਨਾ ਮੇਰੇ ਕੋਲ ਟਾਈਮ ਨਹੀਂ ਵੇਖੇ ਤੇ ਜਾਣਾ। ਬਾਈ ਬਣ ਕੇ ਆ ਯਾਰ ਕਿਸੇ ਦੀ ਜਾਨ ਬਾਜੂ। ਨਾ ਨਾ ਬਾਈ ਅਸੀਂ ਕੰਮ ਜਾਣਾ ਗਾ, ਆ ਜਾ ਤਰੀ। ਗੱਲ ਤਾਂ ਸੁਣਨਾ ਬਾਈ ਯਾਰ, ਮੈਂ ਯਾਰ ਮੈਂ ਕੀ ਕਰਾਂ, ਘਰੇ ਚੱਲਦਾ ਫਿਰ ਮੈਂ। ਸਿਮਰਨ ਸਿਮ, ਕਿਉਂ ਰੋਲਾ ਪਾਇਆ ਹੋਇਆ ਕਿ ਦੱਸੋ ਤਾਂ ਸਹੀ, ਤੇਰਾ ਖੂਨ ਕਿਹੜਾ ਗਾ? ਮੇਰਾ ਉਹ ਨੈਗੇਟਿਵ ਆ। ਚੱਲ ਫਿਰ ਛੇਤੀ ਹਸਪੀਟਲ ਚੱਲ, ਕਿਸੇ ਨੂੰ ਖੂਨ ਦੇਣਾ ਗਾ। ਕਿਹਨੂੰ ਦੇਣਾ ਹੈ ਤੇ ਦੱਸ ਦੋ। ਬਹੁਤ ਜ਼ਰੂਰੀ ਹੈ ਨਾ ਗੱਲਾਂ ਦਾ ਟਾਈਮ ਨਹੀਂ ਹੈਗਾ, ਤੂੰ ਛੇਤੀ ਚੱਲ, ਕਿਸੇ ਜਾਣ ਬਾਜੂ ਗੱਲ ਸੁਣ। ਆ ਛੇਤੀ ਆ ਜਾ, ਲੰਘਿਆ ਲੰਘਿਆ। ਤੁਸੀਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨਾਂ ਦੀ ਮਾਤਾ ਬਿਮਾਰ ਆ? ਹਾਂ ਤੁਸੀਂ ਇਹਦੇ ਬਾਰੇ ਮੈਨੂੰ ਕੁਝ ਦੱਸਿਆ ਹੀ ਨਹੀਂ ਪਹਿਲਾਂ ਕਿ ਇਹਨਾਂ ਨੂੰ ਖੂਨ ਦੇਣਾ। ਤੇ ਫੇਰ ਕਿੱਡੀ ਕੁ ਵੱਡੀ ਗੱਲ ਆ, ਆਪਣੇ ਕਿੰਨੇ ਕੰਮ ਆਏ ਨੇ ਇਹ, ਜੇ ਹੁਣ ਆਪਾਂ ਇਹਨਾਂ ਦੇ ਕੰਮ ਆ ਜਾਂਗੇ ਕੋਈ ਬਾਹਲੀ ਵੱਡੀ ਗੱਲ ਤਾਂ ਨਹੀਂ? ਨਹੀਂ ਛੇਤੀ ਕਰ ਡਾਕਟਰ ਸਾਹਿਬ, ਤੁਸੀਂ ਇਹਨਾਂ ਦਾ ਖੂਨ ਲਓ ਜੀ, ਉਹ ਨੈਗੇਟਿਵ ਆ ਜੀ। ਪਰ ਨਹੀਂ, ਮੈਂ ਇਹਨਾਂ ਦੀ ਮਾਤਾ ਨੂੰ ਖੂਨ ਨਹੀਂ ਦੇਣਾ। ਰੋਟੀ ਖਾ ਲਓ। ਮੈਂ ਨਹੀਂ ਖਾਣੀ ਰੋਟੀ, ਆਪਣੇ ਸਾਹਿਬ ਨੇ ਆਪਣੇ ਵਾਸਤੇ ਕੀ ਕੁਛ ਨਹੀਂ ਕੀਤਾ, ਅਤੇ ਤੂੰ ਤੂੰ ਮੈਨੂੰ ਇੰਨਾ ਕੁ ਦੱਸ ਦੇ, ਤੂੰ ਉਹਦੀ ਮਾਂ ਨੂੰ ਖੂਨ ਕਦੋਂ ਦਿੱਤਾ? ਤੈਨੂੰ ਪਤਾ ਤੇਰੀ ਵਜ੍ਹਾ ਨਾਲ ਉਹਦੀ ਜਾਨ ਵੱਗ ਗਈ। ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਤੁਹਾਡੇ ਸਾਹਿਬ ਦੀ ਅਸਲ ਸੱਚਾਈ? ਪਰ ਕਿਤੇ ਨਾ ਕਿਤੇ ਮੈਂ ਵੀ ਗਲਤ ਹਾਂ, ਕਿਉਂਕਿ ਇਹਦੇ ਵਿੱਚ ਉਹਦੀ ਮਾਤਾ ਦਾ ਕੀ ਕਸੂਰ ਸੀ? ਨਾਲੇ ਕੋਈ ਮਾਤਾ ਆਪਣੇ ਪੁੱਤ ਨੂੰ ਇਹ ਥੋੜ੍ਹੀ ਕਹਿੰਦੀ ਆ ਕਿ ਲੋਕਾਂ ਦੀਆਂ ਧੀਆਂ ਭੈਣਾਂ ਜਾ ਕੇ ਛੇੜ। ਕਹੀ ਗਈ ਨੇ ਤੂੰ, ਸਾਫ਼ ਸਾਫ਼ ਦੱਸ ਕੀ ਗੱਲ ਆ? ਤੁਹਾਨੂੰ ਪਤਾ ਤੁਹਾਡੇ ਸਾਹਮਣੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੀ ਬਕਵਾਸ ਕਰੀ ਨੇ ਤੂੰ, ਤੈਨੂੰ ਪਤਾ ਤੂੰ ਬੋਲੀ ਕੀ ਨਹੀਂ ਆ? ਤੇਰਾ ਦਿਮਾਗ ਤਾਂ ਠੀਕ ਆ? ਮੇਰਾ ਦਿਮਾਗ ਠੀਕ ਆ ਅਤੇ ਮੈਂ ਸੱਚ ਬੋਲਦੀ ਪਈ ਹਾਂ,
ਜਦੋਂ ਤੁਸੀਂ ਘਰੇ ਨਹੀਂ ਹੁੰਦਾ ਸੀ ਨਾ ਤਾਂ ਉਹ ਆਪ ਆਉਂਦਾ ਸੀਗਾ ਤੇ ਕਈ ਵਾਰ ਉਹਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਸ ਸਾਲੇ ਦੀ ਐਡੀ ਹਿੰਮਤ, ਮੇਰੇ ਘਰੇ ਆ ਕੇ ਮੇਰੀ ਇੱਜ਼ਤ ਨੂੰ ਹੱਥ ਪਾਉਂਦਾ। ਮੈਂ ਨਹੀਂ ਛੱਡਦਾ ਸਾਲੇ ਨੂੰ। ਪਰ ਕੀ ਕਰੋਗੇ ਤੁਸੀਂ? ਬਸ ਜਿਹੜਾ ਕੁਛ ਕਰਨਾ ਉਹ ਮੈਨੂੰ ਪਤਾ ਤੇ ਮੈਂ ਉਹਦੇ ਨਾਲ ਕਰ ਦੂੰਗਾ। ਹੈਪੀ ਚਾਚੀ ਵਾਲਾ ਤਾਂ ਕੰਮ ਬਾਹਲਾ ਮਾੜਾ ਹੋ ਗਿਆ ਯਾਰ। ਹਾਲੇ ਕਿੰਨੀ ਕੁ ਉਮਰ ਤੀ ਉਹਦੀ ਵਿਚਾਰੀ ਦੀ, ਬੈਠੀ ਰਹਿੰਦੀ ਨਾਲੇ ਸਿਆਣੇ ਬੰਦੇ ਤਾਂ ਘਰਾਂ ਦੇ ਜਿੰਦੇ ਹੁੰਦੇ ਨੇ, ਹੁਣ ਘਰ ਸੋਨਾ ਸੋਨਾ ਲੱਗਦਾ ਉਹ ਤੋਂ ਬਿਨਾਂ। ਉਹੀ ਗੱਲ ਹੈ ਬਾਈ, ਮੇਰਾ ਤਾਂ ਆਪ ਹੁਣ ਘਰੇ ਵੜਨ ਨੂੰ ਜੀ ਨਹੀਂ ਕਰਦਾ। ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਉਹ ਕੁੜੀ ਕੌਣ ਤੀ ਜਿਹੜੀ ਖੂਨ ਦੇਣ ਨੂੰ ਜਵਾਬ ਦੇਗੀ? ਜੇ ਖੂਨ ਦੇ ਦਿੰਦੀ ਨਾ ਉਸ ਦਿਨ ਤਾਂ ਚਾਚੀ ਦੀ ਅੱਜ ਜਾਨ ਬਚ ਜਾਂਦੀ, ਅੱਜ ਆਪਣੇ 'ਚ ਹੁੰਦੀ। ਪਤਾ ਨਹੀਂ ਕਿਉਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਰਹੀ ਹੈ, ਵੀ ਜੇ ਕਿਸੇ ਦਾ ਫਾਇਦਾ ਹੁੰਦਾ, ਕਿਸੇ ਦੀ ਜਾਨ ਬਚਦੀ ਆ ਤੁਹਾਡਾ ਉਹ ਖਰੇ ਨਾਲ, ਫਿਰ ਕਿਉਂ ਨਹੀਂ ਮੰਨਦੇ ਯਾਰ ਲੋਕ? ਗੁੱਸਾ ਤਾਂ ਮੈਨੂੰ ਵੀ ਬਹੁਤ ਆਈ ਜਾਂਦਾ ਬਾਈ, ਉਹਦੇ ਕਰਕੇ ਮੇਰੀ ਮਾਂ ਦੀ ਜਾਨ ਗਈ ਆ। ਦੇਖੀ ਤੂੰ, ਜੀਣ ਮੈਂ ਵੀ ਨਹੀਂ ਦਿੰਦਾ ਉਹਨਾਂ ਨੂੰ, ਉਹਨਾਂ ਨੂੰ ਵੀ ਦੱਸੋ ਕਿ ਉਹਨਾਂ ਦਾ ਕਿਹਦੇ ਨਾਲ ਵਾਹ ਪਿਆ। ਕੋਈ ਨਹੀਂ, ਬਾਕੀ ਮੈਂ ਤਾਂ ਇਹੀ ਕਹੂੰਗਾ ਛੋਟੇ ਭਾਈ ਤੈਨੂੰ ਵੀ ਮਾੜਾ ਮੋਟਾ ਹੁਣ ਘਰੇ ਟਾਈਮ ਸਿਰ ਆ ਜਾ ਕਰ, ਹੁਣ ਤਾਂ ਤੂੰ ਆਪਦਾ ਸਾਰਾ ਕੁਛ ਆਪ ਹੀ ਦੇਖਣਾ। ਚੰਗਾ ਚੱਲਦਾ ਮੈਂ, ਜੇ ਕੋਈ ਲੋੜ ਵਾਸਤੇ ਹੋਵੇ ਨਾ ਤਾਂ ਮੈਨੂੰ ਦੱਸ ਦਿਆ ਕਰ। ਕੋਈ ਗੱਲ ਨਹੀਂ ਬਾਈ। ਜਾਇਆ ਸ਼ੈਲਰ 'ਚ? ਤੁਸੀਂ ਪਹਿਲਾਂ ਮੈਨੂੰ ਐਂ ਦੱਸੋ, ਤੁਸੀਂ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਘਰ ਕੀ ਲੈਣ ਜਾਂਦੇ ਸੀ? ਉਹ ਕੀ ਬਕਵਾਸ ਕਰੀ ਇੰਨਾ ਤੂੰ? ਬਕਵਾਸ ਨਹੀਂ ਜੀ, ਤੁਸੀਂ ਇਕੱਲੇ ਗੇੜੀ ਮਾਰੀ ਨੇ ਜਾਂ ਉਹਨੇ ਤੁਹਾਨੂੰ ਲਵੇ ਵੀ ਲੱਗਣ ਦਿੱਤਾ? ਤੁਹਾਨੂੰ ਮੇਰੀ ਘਰ ਵਾਲੀ ਪਸੰਦ ਤਾਂ ਹੈਗੀ ਹੈ ਜੀ? ਯਾਰ ਪਸੰਦ ਤਾਂ ਹੈਗੀ ਆ, ਪਰ ਉਹਨੇ ਮੈਨੂੰ ਹਜੇ ਤੱਕ ਨੇੜੇ ਨਹੀਂ ਲੱਗਣ ਦਿੱਤਾ। ਲੱਗਣ ਦਊਗੀ, ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਹਾਂ ਦੱਸ ਗੱਲ ਹੈ। ਠੀਕ ਹੈ, ਮੈਂ ਫਿਰ ਗਰਾਊਂਡ ਚੱਲਿਆ ਜੀ। ਹੈਲੋ ਸੰਜੇ, ਛੇਤੀ ਮੇਰੇ ਘਰ ਆ ਜਾ, ਮਾੜਾ ਕੰਮ ਜਾ ਕੇ ਆਉਣਾ। ਹਾਂ ਹਾਈ ਜੀ, ਆ ਕੀ ਹੋ ਗਿਆ? ਆ ਗਏ ਤੁਸੀਂ? ਆ ਜਾਓ ਆ ਜਾਓ, ਤੁਹਾਨੂੰ ਇਹ ਡੀਕਦੇ ਸੀ। ਆਪਦਾ ਬੋਰੀਆ ਬਿਸਤਰਾ ਚੱਕੋ, ਦਫਾ ਹੋ ਜਾ ਇੱਥੋਂ। ਨਾਲੇ ਮੇਰੀ ਗੱਲ ਸੁਣੋ, ਰੁਪਈਆ 25,000 ਲੈਣਾ ਤੁਹਾਡੇ ਤੋਂ, ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਮੇਰੇ ਪੈਸੇ ਲਿਆ ਦਿਓ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਸਮਝ ਆ ਗਈ ਨਾ? ਪਰ ਮਾਲਕੋ, ਇੱਕ ਘੰਟੇ ਦੇ ਵਿੱਚ ਇੰਨੇ ਪੈਸੇ ਮੈਂ ਗਰੀਬ ਬੰਦਾ ਕਿੱਥੋਂ ਹੱਲ ਕਰ ਦੂੰਗਾ ਜੀ? ਉਹ ਸਭ ਮੈਨੂੰ ਨਹੀਂ ਪਤਾ, ਮੈਨੂੰ ਮੇਰੇ ਪੈਸੇ ਚਾਹੀਦੇ ਆ ਬਸ, ਭਾਵੇਂ ਤਾਂ ਆਪਦੇ ਆਪ ਨੂੰ ਵੇਚ ਅਤੇ ਭਾਵੇਂ ਆਪਦੀ ਜਨਾਨੀ ਨੂੰ। ਇੱਕ ਘੰਟੇ ਤੱਕ ਆਉਣਾ ਮੈਂ, ਮੈਨੂੰ ਬਸ ਮੇਰੇ ਪੈਸੇ ਚਾਹੀਦੇ ਆ। ਚੱਲ ਸੰਜੇ ਚੱਲੀਏ।
ਗੱਲ ਸੁਣ ਲੈ, ਸਾਹਿਬ ਦੇ ਪੈਸੇ ਮੁੜਦੇ ਟਾਈਮ ਨਾਲ, ਤੈਨੂੰ ਪਤਾ ਨਾ ਸਾਹਿਬ ਦੀ ਅੱਖ ਤੇਰੀ ਜਨਾਨੀ ਦੇ ਆ, ਕੁਛ ਵੀ ਹੋ ਸਕਦਾ। ਮੇਰੀ ਗੱਲ ਸੁਣੋ, ਤੁਸੀਂ ਨਾ ਟੈਨਸ਼ਨ ਨਾ ਲਓ, ਸਭ ਠੀਕ ਹੋ ਜਾਊਗਾ। ਕੀ ਠੀਕ ਹੋ ਜਾਊਗਾ? ਇਹ ਸਾਰਾ ਕੁਛ ਨਾ ਤੇਰੇ ਕਰਕੇ ਹੋਇਆ। ਕੀ? ਮੇਰੇ ਕਰਕੇ? ਹਾਂ, ਤੇਰੇ ਕਰਕੇ। ਉਹਨੇ ਤਾਂ ਜਿਹੜੀ ਹਰਕਤ ਕੀਤੀ ਸੀ ਕੀਤੀ ਸੀ, ਤੂੰ ਤਾਂ ਘੱਟੋ ਘੱਟ ਸੋਚ ਲੈਂਦੀ। ਨਾਲੇ ਉਹ ਵੱਡੇ ਲੋਕ ਨੇ, ਗਰੀਬਾਂ ਨੇ ਵੀ ਕਦੇ ਅਮੀਰਾਂ ਤੋਂ ਬਦਲੇ ਲਏ ਨੇ। ਜੇ ਤੂੰ ਖੂਨ ਦੇ ਦਿੰਦੀ ਤੇਰੀ ਕਿਹੜਾ ਜਾਨ ਨਿਕਲਦੀ ਸੀ? ਸੰਗਤ, ਆ ਕੀ ਕਹਿ ਰਹੇ ਹੋ ਤੁਸੀਂ? ਉਸ ਬੰਦੇ ਨੇ ਮੇਰੀ ਇੱਜ਼ਤ 'ਤੇ ਹੱਥ ਪਾਇਆ, ਅਤੇ ਇੱਕ ਔਰਤ ਲਈ ਉਸ ਦੀ ਇੱਜ਼ਤ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਆ ਹੁਣ ਇੱਜ਼ਤ ਹੀ ਰਹਿ ਗਈ ਨਾ ਤੇਰੇ ਪੱਲੇ? ਸਾਰਾ ਕੁਝ ਖੋਲਿਆ ਉਹਨਾਂ ਨੇ, ਸਿਰ 'ਤੇ ਛੱਤ ਸੀ ਉਹ ਵੀ ਖੋਲੀ, ਅਤੇ ਜਿਹੜੀ ਨੌਕਰੀ ਲੱਗਿਆ ਹੋਇਆ ਸੀ ਉਹ ਵੀ ਗਈ। ਆ ਜਿਹੜਾ 25,000 ਰੁਪਇਆ ਦੇਣਾ, ਦੱਸ ਹੁਣ ਕਿਵੇਂ ਤਾਰਾਂਗੇ? ਤੁਸੀਂ ਇਹ ਕਹਿ ਰਹੇ ਹੋ ਕਿ ਸਾਰੀ ਗਲਤੀ ਮੇਰੀ ਆ? ਹੋਰ ਮੇਰੀ ਆ? ਪਰ ਬਸ ਸੋਚਣ ਦੇ ਕੁਛ ਮੈਨੂੰ। ਗੱਲ ਸੁਣ, ਉਹ ਹੈਲੋ, ਤੁਸੀਂ ਇੰਨੇ ਬੇਸ਼ਰਮ ਕਿਉਂ? ਜੋ ਤੁਹਾਨੂੰ ਮੈਂ ਕਹਿ ਕੇ ਗਿਆ ਸੀ ਨਾ ਵੀ ਸਮਾਨ ਚੱਕ ਕੇ ਬਾਹਰ ਲੈ ਜਾਓ, ਅੰਦਰ ਕਾਹਤੋਂ ਧਰੀ ਜਾਂਦੇ ਹੋ? ਮੈਨੂੰ ਐਂ ਤਾਂ ਦੱਸ ਦਿਓ ਵੀ ਇਰਾਦਾ ਕੀ ਆ ਤੁਹਾਡਾ? ਉਹੀ ਜੋ ਤੁਹਾਡਾ ਆ। ਕੀ ਮਤਲਬ ਤੁਹਾਡਾ? ਇੰਨੇ ਅਣਜਾਣ ਵੀ ਨਾ ਬਣੋ ਕਿ ਤੁਹਾਨੂੰ ਮੇਰਾ ਮਤਲਬ ਨਾ ਸਮਝ ਲੱਗਿਆ ਹੋਵੇ। ਯਾਰ ਮੈਨੂੰ ਸਾਫ਼ ਸਾਫ਼ ਦੱਸ ਦਿਓ ਕੀ ਕਹਿ ਰਹੀ ਹਾਂ। ਸਮਝ ਤਾਂ ਵੈਸੇ ਤੁਸੀਂ ਸਭ ਕੁਛ ਗਏ ਹੋ, ਅਸਲ 'ਚ ਤੁਸੀਂ ਮੇਰੇ ਮੂੰਹੋਂ ਸੁਣਨਾ ਚਾਹੁੰਦੇ ਹੋ ਕਿ ਮੈਂ ਕਹਿਣਾ ਕੀ ਚਾਹੁੰਦੀ ਹਾਂ। ਸਹੀ ਗੱਲ ਹੈ ਨਾ? ਕਹਿ ਦੇ ਫਿਰ। ਤੁਹਾਨੂੰ ਮੈਂ ਚਾਹੀਦੀ ਹਾਂ ਨਾ? ਮੈਨੂੰ ਮਨਜ਼ੂਰ ਹੈ ਸਭ ਕੁਛ। ਪੱਕੀ ਗੱਲ ਹੈ? ਪਰ ਰੁਕੋ, ਇੰਨੀ ਵੀ ਕੀ ਕਾਹਲੀ ਆ? ਪਹਿਲਾਂ ਮੈਨੂੰ ਸੁਣਨੇ ਜਿਹੀ ਗੱਲ ਨੂੰ ਇੱਕ ਚੈਨ ਤਾਂ ਦਵਾ ਦਿਓ। ਮੈਨੂੰ ਆਪਣਾ ਸੁਣਨਾ ਜਿਹਾ ਗੱਲ ਚੰਗਾ ਜਿਹਾ ਨਹੀਂ ਲੱਗਦਾ। ਯਾਰ ਤੂੰ ਚੈਨ ਦੀ ਕੀ ਗੱਲ ਕਰਦੀ ਆ? ਮੈਂ ਤਾਂ ਤੈਨੂੰ ਰਾਣੀ ਹਾਰ ਦਵਾ ਦੂੰ। ਨਾਲੇ ਮੈਨੂੰ ਇੱਕ ਗੱਲ ਦੱਸ, ਤੂੰ ਇੰਨਾ ਕਿਉਂ ਤੜਫਾਇਆ ਮੈਨੂੰ? ਜੇ ਪਹਿਲੀ ਦੱਸ ਦਿੰਦੀ ਤਾਂ ਕੁਛ ਨਹੀਂ ਹੋਣਾ ਸੀ। ਚੱਲ ਹੁਣ ਤਾਂ ਤੂੰ ਮੰਨ ਗਈ, ਹੁਣ ਨਹੀਂ ਤੈਨੂੰ ਕਿਸੇ ਚੀਜ਼ ਦੀ ਕਮੀ ਰਹਿਣ ਦਿੰਦਾ। ਰੁਕੋ, ਹਜੇ ਮੇਰੀ ਗੱਲ ਪੂਰੀ ਨਹੀਂ ਹੋਈ। ਤੁਸੀਂ ਰਾਣੀ ਹਾਰ ਦੀ ਗੱਲ ਕਰ ਰਹੇ ਸੀ ਨਾ? ਪਹਿਲਾਂ ਮੈਨੂੰ ਰਾਣੀ ਹਾਰ ਚਾਹੀਦਾ, ਨਾਲੇ ਵੈਸੇ ਵੀ ਮੈਂ ਸੰਗਤ ਨੂੰ ਬਹਾਨੇ ਨਾਲ ਘਰੋਂ ਬਾਹਰ ਭੇਜਿਆ ਹੋਇਆ, ਅਤੇ ਉਹ ਆਉਣ ਵਾਲਾ ਹੀ ਹੋਣਾ, ਅਤੇ ਮੇਰੇ ਕੋਲ ਤੁਹਾਡਾ ਨੰਬਰ ਹੈਗਾ, ਅਤੇ ਤੁਸੀਂ ਹੁਣ ਇੱਥੋਂ ਚਲ ਜਾਓ, ਅਤੇ ਮੈਂ ਤੁਹਾਨੂੰ ਆਪੇ ਫੋਨ ਕਰਕੇ ਬੁਲਾ ਲੂੰਗੀ। ਚੱਲ ਠੀਕ ਹੈ, ਹੁਣ ਤਾਂ ਮੈਂ ਚੱਲਦਾ, ਪਰ ਤੂੰ ਖਿਆਲ ਰੱਖੀ ਆਪਣਾ, ਹੁਣ ਤੂੰ ਮੇਰੀ ਅਮਾਨਤ ਹੈ, ਠੀਕ ਹੈ? ਮਾਲਕ ਤੁਸੀਂ? ਹਾਂ ਮੈਂ। ਤੁਸੀਂ ਤਾਂ ਜੋ ਕੀਤੀ ਮੇਰੇ ਨਾਲ ਠੀਕ ਹੈ, ਪਰ ਮੈਨੂੰ ਤਾਂ ਤਰਸ ਆ ਗਿਆ ਤੁਹਾਡੇ 'ਤੇ।
ਵੀ ਕਿੱਥੇ ਧੱਕੇ ਖਾਂਦੇ ਫਿਰੋਂਗੇ ਇਸ ਟਾਈਮ। ਚੱਲ ਕੋਈ ਗੱਲ ਨਹੀਂ, ਮੈਨੇ ਗੱਲ ਸੁਣ, ਕੱਲ੍ਹ ਤੋਂ ਕੰਮ 'ਤੇ ਆ ਜੀ, ਠੀਕ ਹੈ? ਕਿਉਂਕਿ ਪੈਸੇ ਤਾਂ ਤੇਰੇ ਤੋਂ ਦਿੱਤੇ ਨਹੀਂ ਜਾਣੇ। ਧੰਨਵਾਦ ਜੀ। ਕੋਈ ਗੱਲ ਨਹੀਂ, ਕੰਮ 'ਤੇ ਆ ਜੀ ਕੱਲ੍ਹ ਤੋਂ। ਠੀਕ ਠੀਕ। ਕੀ ਹੋ ਗਿਆ, ਮੈਂ ਮੂਲਮ ਕਈ ਬੈਠੀ ਹਾਂ। ਤੁਹਾਨੂੰ ਤਾਂ ਜੀ ਮੈਂ ਪਤਾ ਹੀ ਨਹੀਂ ਹੁੰਦਾ, ਨਾਲੇ ਜੋ ਵੀ ਆਪਾਂ ਉਹਦੇ ਨਾਲ ਕਰਦੇ ਪਏ ਹਾਂ ਇਹ ਸਹੀ ਨਹੀਂ ਹੈਗਾ। ਜਿਹੜਾ ਕੁਛ ਉਹਨੇ ਕੀਤਾ ਉਹ ਸਹੀ ਕੀਤਾ ਗਾ। ਜੇ ਇੱਕ ਬੰਦੇ ਦੀ ਨੀਅਤ ਖੁੱਟੀ ਆ ਤਾਂ ਉਹਨੂੰ ਦੇਖ ਕੇ ਆਪਾਂ ਨੂੰ ਨੀਅਤ ਖਰਾਬ ਨਹੀਂ ਕਰਨੀ ਚਾਹੀਦੀ। ਬਾਲੀਆਂ ਮੱਤਾਂ ਆਈਆਂ ਨੇ ਮੈਨੂੰ, ਜੇ ਆਹ ਡਰਾਮਾ ਨਾ ਖੇਡਿਆ ਹੁੰਦਾ ਹੁਣ ਉਦੋਂ ਸੜਕਾਂ 'ਤੇ ਰੁਲਦੀ ਫਿਰਦੀ ਹੁੰਦੀ। ਕਿਧਰੇ ਨਹੀਂ ਰੁਲਦੇ ਫਿਰਦੇ ਹੋਣਾ ਸੀ ਆਪਾਂ, ਕੰਮ ਮਿਲ ਜਾਣਾ ਸੀ ਆਪਾਂ ਨੂੰ, ਆਹ ਕੁਝ ਕਰਨ ਨਾਲ ਤਾਂ ਚੰਗਾ ਹੀ ਸੀ। ਆਹ ਕੁਝ ਨੂੰ ਦੱਸ, ਮੈਂ ਕਿਤੇ ਨੂੰ ਚਾਰ ਖਸਮ ਬਣਾਉਣ ਨੂੰ ਕਹਿਤਾ। ਪਰ ਜੇ ਕਿਸੇ ਨੂੰ ਪਤਾ ਲੱਗ ਗਿਆ ਫਿਰ? ਪਤਾ ਲੱਗਣ ਨੂੰ ਆਪਾਂ ਕੀ ਕਿਸੇ ਦਾ ਕਤਲ ਕਰਨ ਲੱਗੇ ਹਾਂ? ਚਾਰ ਮਿੱਠੀਆਂ ਮਿੱਠੀਆਂ ਗੱਲਾਂ ਹੀ ਮਾਰੀਆਂ ਨੇ, ਉਹ ਵੀ ਨਹੀਂ ਮਾਰ ਹੁੰਦੇ ਤੇਰੇ ਤੋਂ। ਨਾਲੇ ਮੇਰੀ ਗੱਲ ਸੁਣ, ਜਦੋਂ ਮੈਂ ਤੇਰੇ ਨਾਲ ਹਾਂ ਫਿਰ ਕਾਹਦਾ ਡਰ ਆ ਤੈਨੂੰ? ਚਲੋ ਠੀਕ ਹੈ, ਤੁਸੀਂ ਜੋ ਵੀ ਕਰੋਗੇ ਸਹੀ ਕਰੋਗੇ। ਨਾਲੇ ਗੱਲ ਸੁਣ, ਬੜਾ ਲਵੇ ਤਾਂ ਨਹੀਂ ਆਉਂਦਾ ਸੀ ਤੇਰੇ? ਨਹੀਂ ਨਹੀਂ, ਮੈਂ ਉਹਨੂੰ ਜਮਾਂ ਵੀ ਨੇੜੇ ਨਹੀਂ ਆਉਣ ਦਿੱਤਾ। ਬਸ ਹੁਣ ਆਖਰੀ ਪਲੈਨ ਆ। ਕੀ ਪਲੈਨ ਆ ਹੁਣ? ਬਸ ਕੱਲ੍ਹ ਨੂੰ ਜਦੋਂ ਉਹ ਆਊਗਾ ਤੂੰ ਮੈਨੂੰ ਫੋਨ ਕਰਨਾ, ਅਤੇ ਮੈਂ ਮੁੰਡਿਆਂ ਨਾਲ ਗੱਲ ਕਰ ਲਈ, ਮੈਂ ਉਹਨਾਂ ਨੂੰ ਲੈ ਕੇ ਘਰ ਆ ਜਾਊਂਗਾ। ਪਰ ਪਲੀਜ਼ ਟਾਈਮ 'ਤੇ ਸਭ ਕੁਛ ਕਰ ਲਿਓ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਤੂੰ ਮੈਨੂੰ ਰੋਟੀ ਪਾ ਕੇ ਲੈ ਕੇ ਆ। ਠੀਕ ਹੈ। ਬੜੀ ਗੇਮ ਕਮਾਈ ਬਾਈ, ਪਰ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ, ਐਡੀ ਛੇਤੀ ਮੰਨ ਕਿਵੇਂ ਗਈ ਉਹ? ਤੁਹਾਨੂੰ ਤਾਂ ਬੜੀਆਂ ਅਕੜਾਂ ਜਿਹੀਆਂ ਕਰਦੀ ਸੀ। ਬਸ ਸਮਝੇ ਕੀ ਦੱਸਾਂ ਤੈਨੂੰ ਯਾਰ, ਜਿਹੜੇ ਪੈਂਤਰੇ ਆਪਾਂ ਖੇਡਦੇ ਨਾ, ਪਰ ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਉਹਦੇ 'ਤੇ ਚੱਲਦੇ ਨਹੀਂ ਉਹ ਪੈਂਤਰੇ, ਪਰ ਚੱਲ ਗਏ। ਉਹ ਚੱਲਣੀ ਸੀ ਬਾਈ। ਹਾਂ, ਕਿੱਥੇ ਤਾਂ ਉਹ ਗਰੀਬ ਜਾ, ਉਹ ਵਿਚਾਰੀ ਕਿੱਥੇ ਕਿਵੇਂ ਕੱਢਦੀ ਟਾਈਮ ਉਹਦੇ ਨਾਲ, ਅਤੇ ਕਿੱਥੇ ਤੁਸੀਂ? ਅਤੇ ਪਰ ਇੱਕ ਗੱਲ ਹੈ, ਉਹਨਾਂ ਨੂੰ ਸਾਲਣ ਆਪਦੇ ਔਕਾਤ ਦਾ ਪਤਾ ਲੱਗ ਗਿਆ। ਗੱਲ ਤਾਂ ਤੇਰੀ ਸਹੀ ਆ ਸੰਜੇ, ਨਾਲੇ ਅੱਜ ਪਿਆਰ ਮੁਹੱਬਤ ਤਾਂ ਹੋ ਗਿਆ ਸੀ, ਪਰ ਮੈਨੂੰ ਕਹਿੰਦੀ ਸੰਗਤ ਆਉਣ ਵਾਲਾ, ਮੈਂ ਤੈਨੂੰ ਫਿਰ ਕਦੇ ਫੋਨ ਕਰਕੇ ਬੁਲਾਉਂਗੀ। ਅੱਛਾ ਜੀ, ਚੱਲ ਕੋਈ ਨਹੀਂ ਬਾਈ, ਜੇ ਉੱਥੇ ਵੀ ਕੋਈ ਲੋੜ ਹੋਈ ਮੈਨੂੰ ਦੱਸ ਦੀ, ਮੈਂ ਆ ਜਾਊਂਗਾ। ਉਹ ਸਾਲਾ ਤੂੰ ਪਹਿਲੀ ਬਹੁਤ ਕੰਮ ਕਰਤੇ, ਉੱਥੇ ਤੇਰੀ ਕੋਈ ਲੋੜ ਨਹੀਂ। ਮਜ਼ਾਕ ਕਰਨਾ, ਉੱਥੇ ਤਾਂ ਇਕੱਲੇ ਹੀ ਜਾਊਂਗਾ। ਹੋਰ ਗੱਲਬਾਤ ਕੋਈ ਨਹੀਂ? ਗੱਲਬਾਤ ਵਧੀਆ, ਆਪਾਂ ਚੱਲੀਏ ਸ਼ੈਲਰ 'ਚ? ਚਲੋ ਹਾਂ, ਚੱਲ ਚੱਲੀਏ। ਗੱਲ ਸੁਣ, ਮੈਂ ਜਾਂਦਾ, ਤੂੰ ਉਹਨੂੰ ਫੋਨ ਕਰਕੇ ਹੁਣ ਬੁਲਾ ਲਈ, ਅਤੇ ਨਾਲੇ ਯਾਦ ਆ ਨਾ ਜਿਹੜਾ ਕੁਛ ਮੈਂ ਤੈਨੂੰ ਕਿਹਾ ਸੀ ਫੋਨ 'ਤੇ? ਉਹਨੂੰ ਉਹੀ ਉਹੀ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਤੈਨੂੰ ਕਿਹਾ ਸੀ। ਪਰ ਮੈਨੂੰ ਨਾ ਸੱਚੀ ਡਰ ਬਹੁਤ ਲੱਗੀ ਜਾਂਦਾ। ਡਰਨ ਦੀ ਲੋੜ ਨਹੀਂ, ਮੈਂ ਹੈਗਾ ਨਾ। ਚੱਲ ਜਦੋਂ ਮੈਂ ਫੋਨ ਕਰੂੰਗੀ ਜਲਦੀ ਆ ਜਿਓ। ਬਸ ਫਿਕਰ ਨਾ ਕਰ, ਤੂੰ ਅੱਜ ਨਹੀਂ ਛੱਡਦਾ ਮੈਂ ਉਹਨੂੰ। ਚੱਲ ਜਿਹੜਾ ਜ਼ਿਆਦਾ ਟੈਨਸ਼ਨ ਵਾਲਾ ਕੰਮ ਸੀ ਉਹ ਤਾਂ ਨਿਬੜ ਗਿਆ, ਬਸ ਹੁਣ ਤਾਂ ਰਹਿ ਗਿਆ ਥੋੜ੍ਹਾ ਜਿਹਾ। ਕੋਈ ਨਹੀਂ ਬਾਈ, ਤੁਸੀਂ ਆਪਣੇ ਕੰਮ ਨੂੰ ਕਰ ਲਓ, ਮੈਂ ਇੱਥੇ ਹੈਗਾ, ਫਿਰ ਸਾਂਭ ਲੂੰਗਾ। ਤੂੰ ਸੱਚ ਫੋਨ ਕਰਨ ਨੂੰ ਕਹਿੰਦੀ ਸੀ, ਆਇਆ ਕਿ ਨਾ? ਓਏ ਉਹਦਾ ਫੋਨ ਵੀ ਆਉਂਦਾ ਹੀ ਹੋਊਗਾ, ਕਹਿੰਦੀ ਤਾਂ ਸੀਗੀ ਕਰੂੰਗੀ, ਮੱਲਾ ਤਾਂ ਆ ਗਿਆ। ਮੱਲਾ ਤਾਂ ਉਸੇ ਦਾ, ਉਸੇ ਦੀ। ਕਿਉਂ ਕਰ ਲੈ? ਹੈਲੋ, ਹਾਂਜੀ, ਕਿਵੇਂ ਹੋ ਜਨਾਬ? ਮੈਂ ਤਾਂ ਠੀਕ ਹਾਂ, ਮੇਰੀ ਗੱਲ ਸੁਣੋ, ਅੱਜ ਮੇਰੇ ਘਰ ਵਾਲਾ ਕਿਤੇ ਗਿਆ ਹੋਇਆ। ਅੱਛਾ,
ਉਹ ਕਿੱਧਰ ਗਿਆ? ਉਹ ਤਾਂ ਉਹਨਾਂ ਦੀ ਭੂਆ ਮਰ ਗਈ ਆ, ਰਾਜਸਥਾਨ ਗਏ ਹੋਏ ਆ, ਆਥਣ ਤੱਕ ਆ ਜਾਣਗੇ। ਮੈਂ ਤਾਂ ਐਂ ਕਹਿੰਦੀ ਹਾਂ ਤੁਸੀਂ ਨਾ ਹੁਣੀ ਆ ਜਾਓ, ਵਧੀਆ ਮੌਕਾ ਆ, ਮੈਂ ਤੁਹਾਡੀ ਉਡੀਕ ਕਰਦੀ ਪਈ ਹਾਂ। ਚੱਲ ਠੀਕ ਹੈ ਫਿਰ, ਆ ਗਿਆ ਮੈਂ ਹੁਣੇ ਦੋ ਮਿੰਟਾਂ 'ਚ। ਹਾਂ ਮੇਰੀ ਗੱਲ ਸੁਣੋ, ਮੈਂ ਤੁਹਾਡੇ ਤੋਂ ਕੁਛ ਮੰਗਿਆ ਸੀ, ਯਾਦ ਆ ਤੁਹਾਨੂੰ? ਓਏ ਹਾਂ ਹਾਂ, ਕਿਉਂ ਟੈਨਸ਼ਨ ਲੈਂਦੀ ਹਾਂ, ਤੇਰੇ ਸਾਰੇ ਤੋਹਫੇ ਖਰੀਦ ਲਏ ਮੈਂ। ਆ ਜਾਓ ਫਿਰ, ਮੇਰਾ ਸੁਣਨਾ ਗਲਾ ਨਾ ਤੁਹਾਡੀ ਚੇਨ ਦੀ ਉਡੀਕ ਕਰਦਾ ਪਿਆ। ਬਸ ਸਹੀ ਪੰਜ ਮਿੰਟ 'ਚ ਤੇਰੇ ਕੋਲ ਆ ਗਿਆ। ਓਕੇ ਠੀਕ। ਕਿਉਂ ਬਈ, ਉਸੇ ਦਾ ਸੀ? ਉਸੇ ਦੀ ਫੋਨ ਸੀ, ਚਿਹਰਾ ਹੀ ਦੱਸ ਰਿਹਾ, ਕਹਿੰਦੀ ਗਿਆ ਹੋਇਆ ਅੱਜ ਕਿਸੇ ਪਾਸੇ ਉਹ। ਅੱਛਾ ਹਾਂ, ਫਿਰ ਤਾਂ ਹਾਂ। ਚੱਲ ਠੀਕ ਆ, ਮੈਂ ਚੱਲਦਾ। ਆ ਜਿਹੜੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਨਾ, ਹਾਂ ਬਈ, ਇਹਨੂੰ ਲਿਖ ਲਿਖਾ ਕਰਾ ਕੇ ਟਾਈਮ ਨਾਲ ਤੋਰ ਦੀ ਜਾਂਗਾ। ਕੋਈ ਨਹੀਂ, ਹੁਣ ਸਾਰੀ ਜ਼ਿੰਮੇਵਾਰੀ ਤੇਰੀ ਇੱਧਰ, ਤੁਸੀਂ ਆਰਾਮ ਨਾਲ ਆਪਣਾ ਕੰਮ ਕਰੋ, ਮੈਂ ਇੱਥੇ ਹੈਗਾ, ਪਰਵਾਹ ਨਹੀਂ ਕਰਨੀ ਕਿਸੇ। ਤੇਰੇ ਹੁੰਦੇ ਮੈਨੂੰ ਯਾਰ ਕਿਸੇ ਬਾਕੀ, ਜੇ ਉੱਥੇ ਕੋਈ ਲੋੜ ਹੋਈ ਨਾ ਫੋਨ ਕਰ ਦਿਓ। ਮੈਂ ਕਿਹਾ ਕਰਨਾ ਕਰ ਤੇਰੇ ਨਾਲ, ਆ ਕਰਵਾ ਦੀ ਜਾਂਗਾ ਸਾਰਾ। ਟੈਨਸ਼ਨ ਨਾਲ ਪਰਵਾਹ ਨਾ ਕਰੋ। ਓਕੇ ਕਾਲੇ ਉਰੇ ਆ। ਇੱਧਰ ਲੈਂਟਰ ਲੈ, ਇੱਧਰ ਕਰ ਦਿਓ। ਓਹੋ, ਉਸ ਤਾਂ ਬੜਾ ਨਿਖਰੀ ਫਿਰਦੀਆਂ ਯਾਰ। ਤੁਹਾਡੇ ਲਈ ਨਿਖਰੀ ਆ ਜਨਾਬ। ਹੁਣ ਗੇਟ 'ਚ ਖੜਾ ਰੱਖੇਗੀ ਕਿ ਅੰਦਰ ਆਉਣ ਲਈ ਵੀ ਬੋਲੇਗੀ? ਓਹੋ, ਇਹਦੇ ਵਿੱਚ ਪੁੱਛਣ ਵਾਲੀ ਕੀ ਗੱਲ ਆ, ਨਾਲੇ ਤੁਹਾਡਾ ਆਪਣਾ ਹੀ ਘਰ ਹੈ, ਆ ਜਾਓ। ਚਲੋ ਤੁਸੀਂ ਇੱਦਾਂ ਕਰੋ, ਬੈਠੋ, ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਈ, ਠੀਕ ਹੈ? ਗੱਲ ਸੁਣ ਯਾਰ, ਪਾਣੀ 'ਚ ਕੀ ਮੈਂ ਡੁੱਬ ਕੇ ਮਰਨਾ? ਫਿਰ ਮੈਂ ਚਾਹ ਲੈ ਕੇ ਆਈ, ਚਾਹ ਤਾਂ ਤੁਹਾਨੂੰ ਪੀਣੀ ਚਾਹੀਦੀ ਆ। ਯਾਰ ਤੂੰ ਚਾਹ ਪਾਣੀ ਛੱਡ, ਆ ਦੇਖ ਤੇਰੇ ਵਾਸਤੇ ਮੈਂ ਕੀ ਲੈ ਕੇ ਆਇਆ। ਹਾਏ ਰੱਬਾ, ਇਹ ਤਾਂ ਮੈਨੂੰ ਪਰਾ ਹੀ ਨਹੀਂ ਜਾਣ ਦੇ ਰਿਹਾ, ਹੁਣ ਮੈਂ ਸੰਗਤ ਨੂੰ ਫੋਨ ਕਿਵੇਂ ਕਰਾਂ? ਹਾਏ ਕੀ ਕਰਾਂ? ਕੀ ਗੱਲ ਸਿਮਰ, ਤੈਨੂੰ ਖੁਸ਼ੀ ਨਹੀਂ ਹੋਈ? ਨਹੀਂ, ਖੁਸ਼ੀ ਤਾਂ ਬਹੁਤ ਹੋਈ ਆ। ਉਹ ਹਾਂ ਸੱਚ, ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਇੱਕ ਵਾਰ ਮੈਂ ਸੰਗਤ ਨੂੰ ਕਾਲ ਕਰਕੇ ਪੁੱਛ ਲਾਂ ਉਹ ਪਹੁੰਚ ਗਿਆ ਕਿ ਨਹੀਂ, ਕਿਉਂਕਿ ਉਹ ਥੋੜ੍ਹਾ ਬਿਮਾਰ ਸੀਗਾ। ਯਾਰ ਪਹੁੰਚ ਗਿਆ ਹੋਊਗਾ, ਕਿਧਰ ਹੀ ਨਹੀਂ ਜਾਣ ਨਿਕਲਦੀ ਉਹਦੀ ਰਾਹ 'ਚ। ਓਹੋ, ਮੈਨੂੰ ਪੁੱਛ ਲੈਣ ਦਿਓ ਨਾ, ਐਵੇਂ ਵਾਪਸ ਆ ਗਿਆ ਹੋਰ ਮੇਰੇ ਗੱਲ ਸਿਆਪਾ ਪੈ ਜੂਗਾ। ਚੱਲ ਕਰ, ਪੁੱਛ ਲੈ ਇੱਕ ਵਾਰੀ, ਕਰ ਲਾ ਫੋਨ। ਠੀਕ ਹੈ, ਮੈਂ ਆਈ ਬਸ। ਹੈਲੋ, ਪਹੁੰਚ ਗਏ ਤੁਸੀਂ? ਹਾਂ ਹਾਂ ਪਹੁੰਚ ਗਿਆ। ਹਾਂ ਇੱਥੇ ਸਭ ਕੁਛ ਸੈੱਟ ਆ, ਅਤੇ ਪਲੀਜ਼ ਹਾਂ ਜਲਦੀ ਆ ਜਾਓ, ਮੈਨੂੰ ਟੈਨਸ਼ਨ ਹੋਈ ਜਾਂਦੀ ਆ। ਹਾਂ ਸਭ ਕੁਛ ਧਿਆਨ 'ਚ ਹੈ, ਠੀਕ ਹੈ, ਜਲਦੀ ਆ ਜਾਓ। ਪਹੁੰਚ ਗਿਆ ਉਹ? ਹਾਂ ਉਹ ਤਾਂ ਪਹੁੰਚ ਗਿਆ, ਨਾਲੇ ਹੁਣ ਤੂੰ ਪਹੁੰਚੇਗਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ। ਕੀ ਬਕਵਾਸ ਕਰੀ ਜਾਂਦੀ ਆ? ਬਕਵਾਸ? ਇਹ ਕੀ ਕਰ ਰਹੀ ਆ ਤੂੰ? ਬਚਾਓ ਬਚਾਓ! ਤੂੰ ਕਿਉਂ ਹੱਸ ਰਿਹਾ? ਮੈਂ ਤਾਂ ਹੀ ਹੱਸ ਰਿਹਾ,
ਤੁਹਾਡਾ ਇਹੀ ਪਲੈਨ ਸੀ ਨਾ ਵੀ ਹੈਪੀ ਨੂੰ ਅੰਦਰ ਬੁਲਾਵਾਂਗੇ, ਫਿਰ ਤੂੰ ਆ ਕੁੰਡੀ ਲਾਏਂਗੀ ਅਤੇ ਬਾਹਰੋਂ ਸੰਗਤ ਬੰਦੇ ਲੈ ਕੇ ਆਊਗਾ। ਹਾਂ, ਸੰਗਤ ਤਾਂ ਖੜਾ ਬਾਹਰ, ਪਰ ਸੰਗਤ ਹੁਣ ਤੇਰੀ ਨਹੀਂ ਮੰਨਦਾ, ਮੇਰੀ ਮੰਨੂਗਾ। ਸੰਗਤ ਆ ਲੌਕ ਲਾ ਦੇ ਬਾਹਰੋਂ। ਸਵਾਦ ਲਿਆ ਤਾ, ਜਿੰਨੇ ਪੈਸੇ ਮੰਗੇ ਸੀ ਨਾ ਉਦੋਂ ਵੱਧ ਦੇਣ ਨੂੰ ਜੀ ਕਰਦਾ। ਬਸ ਜੀ, ਵੱਧ ਦੀ ਲੋੜ ਹੈਗੀ, ਜਿੰਨੀ ਰਕਮ ਦੀ ਗੱਲ ਹੋਈ ਸੀ ਉਨੀ ਦੇ ਦਿਓ। ਐਂ ਕਰੀ, ਸ਼ਾਮ ਨੂੰ ਆ ਜੀ, ਲੈ ਜੀ ਫੜ ਕੇ। ਚੰਗਾ, ਠੀਕ ਹੈ ਜੀ, ਠੀਕ ਹੈ। 10 ਲੱਖ ਕਿਹੜਾ ਥੋੜ੍ਹੀ ਰਕਮ ਹੁੰਦੀ ਹੈ ਜੀ। ਸਿਮਰ, ਠੀਕ ਹੈ ਤੂੰ? ਸਿਮਰ, ਤੈਨੂੰ ਸ਼ਰਮ ਨਹੀਂ ਆਈ ਮੇਰੀ ਇੱਜ਼ਤ ਦਾ ਸੌਦਾ ਕਰਦਿਆਂ? ਤੂੰ ਤਾਂ ਕਿਹਾ ਸੀ ਆਪਾਂ ਦੋਵੇਂ ਨਾ ਹੈਪੀ ਨੂੰ ਫਸਾਵਾਂਗੇ। ਜਦੋਂ ਹੈਪੀ ਆ ਗਿਆ ਤੂੰ ਮੈਨੂੰ ਫੋਨ ਕਰਦੀ, ਆਪਣੇ ਕੱਪੜੇ ਪਾੜ ਕੇ ਰੌਲਾ ਪਾਉਣ ਲੱਗ ਜੀ। ਤੂੰ ਜਿਵੇਂ ਕਿਹਾ ਮੈਂ ਉਵੇਂ ਉਵੇਂ ਕੀਤਾ, ਨਕਲੀ ਹਵਾਦਾਰ ਲੈ ਆਊਂਗਾ ਕਹਿੰਦਾ, 1-2 ਲੱਖ ਰੁਪਇਆ ਲੈ ਕੇ ਹੈਪੀ ਤੋਂ ਖੇੜਾ ਛੁਡਾ ਲਵਾਂਗਾ। ਤੇਰਾ ਦਿਮਾਗ ਖਰਾਬ ਆ, ਮੈਂ ਆਪਦਾ ਨੁਕਸਾਨ ਥੋੜੂ ਕਰਾਉਂਦਾ, ਕਿੱਥੇ 10 ਲੱਖ ਕਿੱਥੇ 2 ਲੱਖ। ਯਾਰ ਸੰਗਤ, ਮੈਨੂੰ ਨਾ ਸੱਚੀ ਤੇਰੇ 'ਤੇ ਯਕੀਨ ਨਹੀਂ ਹੁੰਦਾ ਵੀ ਤੂੰ ਮੇਰਾ ਕੋਈ ਹੱਲ ਕਰਵਾਏਗਾ, ਵੀ ਜਾਂ ਵੀ ਲਾਰੇ 'ਚ ਲਾਈ ਜਾਂਦਾ ਯਾਰ। ਮਾਲਕੋ, ਜਿਹੜੀ ਸਕੀਮ ਮੈਂ ਘੱਟ ਰੱਖੀ ਹੈ ਨਾ ਉਹ ਤਾਂ ਤੁਹਾਡੇ ਵੀ ਦਿਮਾਗ ਤੋਂ ਬਾਹਰ ਹੈ। ਉਹ ਦੱਸ ਫਿਰ ਜਲਦੀ, ਕਦੋਂ ਦੱਸੇਗਾ? ਦੱਸਾਂਗੇ ਉਦੋਂ ਜੀ ਜਦੋਂ ਤੁਸੀਂ 10 ਲੱਖ ਦਾ ਪ੍ਰਬੰਧ ਕਰ ਦੋਗੇ। ਦੇਖ ਲਓ ਜੇ ਜੇਬ ਭਰ ਚੱਲਦੀ ਹੈ ਜੀ। ਔਰ ਪੈਸਿਆਂ ਦੀ ਕੀ ਗੱਲ ਕਰਦਾ ਤੂੰ? 10 ਦੀ ਥਾਂ 'ਤੇ 20 ਲੱਖ ਦੂੰ ਤੈਨੂੰ, ਬਸ ਮੇਰਾ ਕੰਮ ਕਰਵਾ ਦੇ। ਕੰਮ ਤਾਂ ਤੁਹਾਡਾ ਬੱਟ 'ਤੇ ਪਿਆ ਜੀ, ਬਸ ਡੀਲ ਡੈਣ ਆ ਜੀ, ਤਿਆਰੀ ਖਿੱਚ ਲਓ ਫਿਰ ਤੁਸੀਂ। ਚੱਲ ਠੀਕ ਹੈ ਫਿਰ, ਓਕੇ ਆ। ਨਾਲੇ ਗੱਲ ਸੁਣ, ਪੈਸੇ ਤੈਨੂੰ ਕੰਮ ਹੋਣ ਤੋਂ ਬਾਅਦ ਦਊਂਗਾ ਮੈਂ। ਕੋਈ ਚੱਕਰ ਹੀ ਨਾ ਮਾਲਕੋ, ਮੰਨੋ ਬਸ ਹੋ ਜਾਣਾ ਚਾਹੀਦਾ ਮੇਰੇ ਪੈਸਿਆਂ ਦਾ ਵੀ ਹੱਲ। ਬਸ ਠੀਕ ਹੈ ਫਿਰ, ਮੇਰਾ ਕੰਮ ਹੋ ਜੇ ਤੇਰੇ ਪੈਸਿਆਂ ਦਾ ਹੱਲ ਮੈਂ ਆਪੇ ਕਰੂੰਗਾ। ਡਨ ਜੀ, ਓਕੇ। ਦਿਮਾਗ ਨਾ ਖਰਾਬ ਕਰ ਮੇਰਾ, ਤੈਨੂੰ ਐਂ ਪਤਾ ਆਹ 10 ਲੱਖ ਆਪਾਂ ਸਾਰੀ ਉਮਰ 'ਚ ਨਹੀਂ ਕਮਾ ਸਕਦੇ ਸੀਗੇ। ਕਮਾ ਲਏ ਹੀ ਬੋਲ, ਨਹੀਂ ਨਾ ਹੁਣ ਆਪਾਂ ਕਿਤੇ ਉਰਾਂ ਪਰਾਂ ਜਾ ਕੇ ਸੈੱਟ ਹੋ ਜਾਵਾਂਗੇ। ਹੁਣ ਤੂੰ ਐਂ ਬੁੱਕਣਾ ਹੈ ਬੰਦ ਕਰ ਅਤੇ ਜਾ ਕੇ ਮੇਰੇ ਵਾਸਤੇ ਚਾਹ ਜਾਂ ਪਾਣੀ ਲੈ ਕੇ ਆ, ਜਾਂ ਖੜੀ ਹੋ, ਖੜੀ ਹੋ। ਸੁਣ, ਮੈਂ ਛੱਡਾਂਗੀ ਨਹੀਂ ਤੁਹਾਨੂੰ, ਮੈਂ ਕੇਸ ਕਰੂੰਗੀ, ਮੈਂ ਥਾਣੇ 'ਚ ਜਾਊਂਗੀ। ਮੇਰੇ 'ਤੇ ਕੇਸ ਕਰੇਂਗੀ ਤੂੰ? ਆਪਦੇ ਘਰ ਵਾਲੇ 'ਤੇ ਕੇਸ ਕਰੇਂਗੀ ਤੂੰ? ਦਿਮਾਗ ਤਾਂ ਠੀਕ ਆ ਤੇਰਾ, ਤੂੰ ਜਾ ਪਾਣੀ ਲੈ ਕੇ। ਚੰਗੀ ਨਹੀਂ ਕੀਤੀ ਤੁਸੀਂ ਮੇਰੇ ਨਾਲ।
ਬੱਚੇ ਸਾਡੇ ਸੈੱਟ ਹੋ ਜਾਣਗੇ। ਪਾਣੀ ਲੈ ਕੇ ਉਹ ਤੂੰ ਹੁਣ ਬਾਹਰ ਆ ਜਾ ਉਸ ਗੱਲ ਤੋਂ, ਹੁਣ ਆਪਾਂ ਪੈਸਿਆਂ 'ਚ ਹੋ ਗਏ ਪੈਸਿਆਂ 'ਚ, ਤੈਨੂੰ ਪਤਾ। ਬਾਰੀ ਉਸ ਕੁੱਤੇ ਦੀ, ਕੀ ਸਮਝਿਆ ਉਹਨੇ ਔਰਤਾਂ ਨੂੰ ਕਿ ਖਿਡਾਉਣਾ ਆ, ਕਿ ਜਦੋਂ ਦਿਲ ਕੀਤਾ ਤਾਂ ਖੇਡ ਲਿਆ ਤੇ ਜਦੋਂ ਮਨ ਭਰ ਗਿਆ ਤਾਂ ਸੁੱਟਤਾ। ਛੱਡਾਂਗੀ ਨਹੀਂ ਮੈਂ ਹੈਪੀ ਨੂੰ। ਉਹ ਜਿਹੜੀਆਂ ਦੋ ਚਾਰ ਗੱਠਾਂ ਜੀਆਂ ਪਈਆਂ ਨੇ ਨਾ ਜ਼ਮੀਨ 'ਚ, ਉਹ ਚੁਕਾ ਕੇ ਬਸ ਉਹਨੂੰ ਵਿਹਲੀ ਕਰੋ ਯਾਰ, ਆਪਾਂ ਪੈਸੇ ਦਈਏ ਛੇਤੀ ਉਹਨਾਂ ਨੂੰ। ਹਾਂ ਹਲੇ ਗੱਲ ਸੁਣ, ਅੱਜ ਆਪਾਂ ਸ਼ੈਲਰ 'ਚ ਮਿਲਦੇ ਹਾਂ। ਹਾਂ ਬਸ ਮੈਂ ਆਉਣਾ ਕਰੋ, ਚੱਲ ਪਾ ਦੂੰਗੀ। ਠੀਕ ਆ, ਓਕੇ ਓਕੇ। ਤੂੰ? ਹਾਂਜੀ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਲੱਗਦਾ ਉਸ ਦਿਨ ਕੋਈ ਕਸਰ ਬਾਕੀ ਰਹਿ ਗਈ ਜਿਹੜਾ ਜੇ ਜ਼ਰੂਰੀ ਗੱਲ ਕਰਨਾ ਹੀ ਹੈ ਕੋਈ। ਆਪਾਂ ਅੰਦਰ ਬੈਠ ਕੇ ਗੱਲ ਕਰੀਏ। ਚਲ ਆ ਜਾ। ਇਹੋ ਜਿਹੀ ਕੀ ਲੋੜ ਪੈ ਗਈ ਜਿਹੜਾ ਤੈਨੂੰ ਮੇਰੇ ਘਰ ਆਉਣਾ ਪੈ ਗਿਆ? ਗਰੀਬਾਂ ਦੀਆਂ ਲੋੜਾਂ ਕਦੇ ਮੁੱਕਦੀਆਂ ਨੇ। ਮਤਲਬ? ਮਤਲਬ ਸੰਗਤ ਭੱਜ ਗਿਆ, ਜਿਹੜੇ ਪੈਸੇ ਤੁਸੀਂ ਉਹਨੂੰ ਦਿੱਤੇ ਸੀ ਉਹ ਲੈ ਕੇ ਭੱਜ ਗਿਆ। ਉਹਨੇ ਮੇਰੀ ਇੱਜ਼ਤ ਦਾ ਸੌਦਾ ਕੀਤਾ, ਮੈਂ ਚੱਲ ਲਿਆ, ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ। ਮਤਲਬ ਤੂੰ ਇੱਥੇ ਇਸ ਕਰਕੇ ਆਈ ਹਾਂ ਵੀ ਆਪਾਂ ਸੰਗਤ ਨੂੰ ਲੱਭਣ ਚੱਲੀਏ? ਨਹੀਂ, ਇਨਸਾਨ ਉਹ ਚੀਜ਼ ਨੂੰ ਲੱਭਦਾ ਹੁੰਦਾ ਜਿਹਦੇ ਬਿਨਾਂ ਉਹਦਾ ਸਰਦਾ ਨਹੀਂ ਹੁੰਦਾ। ਵੈਸੇ ਵੀ ਸੰਗਤ ਨੇ ਅੱਜ ਤੱਕ ਮੈਨੂੰ ਧੋਖਾ ਹੀ ਦਿੱਤਾ ਅਤੇ ਮੈਨੂੰ ਹੁਣ ਉਹਦੀ ਕੋਈ ਲੋੜ ਨਹੀਂ ਹੈਗੀ। ਮੈਂ ਤਾਂ ਪਛਤਾਉਂਦੀ ਹਾਂ ਕਿ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਹੀ ਹਾਂ ਕਰ ਦਿੰਦੀ ਅਤੇ ਤੁਹਾਡੀ ਹੋ ਜਾਂਦੀ, ਅੱਜ ਨੂੰ ਇਹ ਨੌਬਤ ਨਾ ਆਉਂਦੀ। ਚੱਲ ਸਿਮਰ, ਤੂੰ ਫਿਕਰ ਨਾ ਕਰ ਯਾਰ, ਮੈਂ ਹੈਗਾ ਨਾ ਤੇਰਾ ਖਿਆਲ ਰੱਖਣ ਲਈ, ਤੈਨੂੰ ਖੁਸ਼ ਰੱਖਣ ਲਈ। ਤੁਹਾਨੂੰ ਨਾ ਕਰਕੇ ਮੈਂ ਉਹ ਗਲਤੀ ਦੁਬਾਰਾ ਨਹੀਂ ਕਰਨੀ। ਅੱਜ ਤੋਂ ਸਿਮਰ ਤੁਹਾਡੀ ਆ ਅਤੇ ਤੁਸੀਂ ਮੈਨੂੰ ਜਿਵੇਂ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ। ਚਲੋ ਠੀਕ ਹੈ, ਮੈਂ ਜਾਣੀ ਹਾਂ ਅਤੇ ਜਦੋਂ ਵੀ ਤੁਹਾਡਾ ਦਿਲ ਕੀਤਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅਤੇ ਮੈਂ ਆ ਜਾਊਂਗੀ। ਠੀਕ ਹੈ ਸਿਮਰ, ਧਿਆਨ ਨਾਲ ਜਾਈ ਚੰਗਾ। ਲੈ ਸਿਮਰ, ਜੋ ਤੂੰ ਸੋਚਿਆ ਸੀ ਉਹ ਤਾਂ ਉਮੀ ਰਿਹਾ, ਬਸ ਹੈਪੀ ਹੁਣ ਬਾਹਲੇ ਦਿਨ ਨਹੀਂ ਹੈਗਾ। ਯਾਰ ਸੰਜੇ, ਤੇਰੇ ਵੱਲ ਦੇਖ ਕੇ ਸਮਝ ਲੈ ਕਿਉਂ ਕਰੀ ਜਾਂਦੀ ਹੈ? ਵੈਸੇ ਗੱਲ ਤਾਂ ਹੈ, ਹੈਪੀ ਨੇ ਰਨ ਪੂਰੀ ਟੋਪ 'ਤੇ ਰੁਕਾਈ ਹੈ। ਉਹ ਯਾਰ, ਇਹ ਤਾਂ ਤੈਨੂੰ ਮੁੜ ਮੁੜ ਕੇ ਦੇਖੀ ਜਾਂਦੀ ਹੈ, ਹੱਸੀ ਵੀ ਜਾਂਦੀ ਹੈ। ਯਾਰ ਸੰਜੇ, ਇਹਦੇ ਚਿੱਤ 'ਚ ਕੁਛ ਤਾਂ ਹੈ ਪਤੰਦਰਾ ਤੇਰੇ ਲਈ। ਚਲੋ ਦੇਖਦੇ ਹਾਂ ਕੀ ਕਹਿੰਦੀ ਹੈ। ਸੰਜੇ ਵੀ ਤੁਰੇ ਹੋਣਾ, ਮੈਂ ਤੈਨੂੰ ਅੱਗੇ ਸੰਜੇ ਸ਼ੈਲਰ 'ਚ ਸੋਚਿਆ ਆਪਾਂ ਇਕੱਠੇ ਚੱਲਦੇ ਹਾਂ। ਚਲ ਆਇਆ ਫਿਰ ਚੱਲੀਏ। ਕਿੱਥੇ ਧਰਤਾ ਯਾਰ ਬਟੂਆ ਮੇਰਾ, ਦੇਖਾਂ ਤੇਰੇ ਕੋਲ। ਸਿਮਰ ਤੂੰ ਅੱਜ ਕਿਵੇਂ ਸਵੇਰੇ ਸਵੇਰੇ ਆ ਗਈ?
ਉਹ ਮੈਨੂੰ ਕੁਝ ਪੈਸੇ ਚਾਹੀਦੇ ਸੀ ਤੁਹਾਡੇ ਤੋਂ। ਯਾਰ ਜੇ ਤੈਨੂੰ ਪੈਸੇ ਚਾਹੀਦੇ ਸੀ ਤਾਂ ਮੈਨੂੰ ਦੱਸ ਦਿੰਦੀ, ਮੈਂ ਘਰੇ ਜਾ ਕੇ ਫੜਾ ਆਉਂਦਾ, ਫੋਨ ਕਰ ਦਿੰਦੀ ਮੈਨੂੰ। ਫੋਨ ਹੀ ਤਾਂ ਕਿੱਥੋਂ ਕਰਦੀ, ਫੋਨ 'ਚ ਪੈਸੇ ਨਹੀਂ ਸੀ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਆਈ ਹਾਂ ਪੈਸੇ ਲੈਣ, ਫੋਨ 'ਚ ਪੈਸੇ ਪਵਾਉਣੇ ਸੀ। ਚੱਲ ਮੇਰੀ ਗੱਲ ਸੁਣ, ਜੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ ਤਾਂ ਮੈਨੂੰ ਵੈਸੇ ਬੋਲਦਾ ਕਰ ਫੋਨ ਕਰਕੇ। ਯਾਰ ਐਵੇਂ ਘਰੇ ਨਾ ਆਇਆ ਕਰ, ਜੇ ਗਲੀ ਗੁਆਂਢ ਵਾਲੇ ਦੇਖਣਗੇ ਤਾਂ ਕੀ ਸੋਚਣਗੇ। ਗਲੀ ਗੁਆਂਢ ਵਾਲਿਆਂ ਲਈ ਵੀ ਹੱਲ ਹੈਗਾ ਮੇਰੇ ਕੋਲ। ਕੀ? ਜਿਹੜੀ ਤੁਹਾਡੇ ਘਰੇ ਕੰਮ ਵਾਲੀ ਲੱਗੀ ਹੋਈ ਆ ਉਹਨੂੰ ਹਟਾ ਕੇ ਮੈਨੂੰ ਲਗਾ ਲਓ, ਨਾਲੇ ਤੁਹਾਡਾ ਕੰਮ ਕਰੀ ਜਾਊਂਗੀ, ਨਾਲੇ ਕਿਸੇ ਨੂੰ ਸ਼ੱਕ ਨਹੀਂ ਹੋਊਗਾ। ਵੈਸੇ ਆਈਡੀਆ ਬੁਰਾ ਨਹੀਂ ਹੈਗਾ ਯਾਰ ਤੇਰਾ। ਵੈਸੇ ਵੀ ਹੁਣ ਤਾਂ ਤੁਹਾਡੀ ਆਦਤ 'ਚ ਪੈ ਗਈ ਆ, ਮੈਨੂੰ ਦਿਲ ਜਿਹਾ ਨਹੀਂ ਲੱਗਦਾ ਤੁਹਾਡੇ ਬਿਨਾਂ। ਤੁਹਾਡਾ ਕਿਹੜਾ ਦਿਲ ਲੱਗਦਾ ਹੋਣਾ ਮੇਰੇ ਬਿਨਾਂ। ਸਿਮਰਨ ਤੂੰ ਨਾ ਆਪਣੇ ਇਮੋਸ਼ਨਸ 'ਤੇ ਕੰਟਰੋਲ ਰੱਖਿਆ ਕਰ, ਇੱਕ ਗੱਲ ਕਦੇ ਨਾ ਭੁੱਲੀ ਵੀ ਆਪਣਾ ਰਿਸ਼ਤਾ ਨਾ ਪਿਆਰ ਮੁਹੱਬਤ ਵਾਲਾ ਨਹੀਂ ਹੈਗਾ, ਯਾਦ ਰੱਖੀ ਇਹ ਗੱਲ। ਉਹ ਪਤਾ ਹੈ ਜਨਾਬ ਸਾਡੀ ਇੰਨੀ ਔਕਾਤ ਕਿੱਥੇ, ਇਹ ਤਾਂ ਵੈਸੇ ਵੀ ਮਨ ਪਰਜਾਵੇ ਲਈ ਦੋ ਸ਼ਬਦ ਬੋਲ ਦਿੰਦੀ ਹਾਂ ਮੈਂ। ਚੱਲ ਜੇ ਹੁਣ ਤੂੰ ਆਈ ਗਈ ਨਾ ਐਂ ਕਰ ਲੱਗ ਜਾ ਕੰਮ 'ਤੇ, ਨਾਲ ਤਾਂ ਮੇਰੇ ਕੱਪੜੇ ਧੋਣ ਵਾਲੇ ਕੱਪੜੇ ਧੋ ਦੀ ਅਤੇ ਜਿਹੜੇ ਕੱਪੜੇ ਪ੍ਰੈਸ ਕਰਨ ਵਾਲੇ ਪਏ ਉਹ ਕੱਪੜੇ ਪ੍ਰੈਸ ਕਰ ਦੀ, ਠੀਕ ਹੈ? ਠੀਕ ਹੈ, ਮੈਂ ਕੱਪੜੇ ਵੀ ਧੋ ਦੂੰਗੀ ਅਤੇ ਰੋਟੀ ਪਕਾ ਕੇ ਵੀ ਰੱਖ ਦੂੰਗੀ। ਹਾਂ ਰੋਟੀ ਪਕਾ ਕੇ ਰੱਖ ਦੀ, ਨਾਲੇ ਗੱਲ ਸੁਣ ਮੈਨੂੰ ਤਾਂ ਹੁਣ ਕੰਮ ਆ, ਦੋ ਘੰਟੇ ਮੈਂ ਸ਼ੈਲਰ 'ਚ ਜਾ ਕੇ ਆਉਣਾ, ਆ ਕੇ ਕਰੂੰਗਾ ਤੇਰੇ ਨਾਲ ਗੱਲ, ਠੀਕ ਹੈ? ਅਤੇ ਮੇਰੇ ਵਾਸਤੇ ਖੀਰ ਬਣਾ ਕੇ ਰੱਖਣੀ, ਮਿੱਠਾ ਵੱਧ ਪਾ ਕੇ, ਠੀਕ ਹੈ? ਬਣਾ ਕੇ ਰੱਖੀ ਯਾਦ ਕਰਕੇ। ਹਾਂ ਹੁਣ ਮੈਂ ਜਾ ਕੇ ਆਉਣਾ। ਬਣਾ ਕੇ ਦੇ ਇਹਨੂੰ ਖੀਰ, ਉਹ ਵੀ ਮਿੱਠਾ ਵੱਧ ਪਾ ਕੇ। ਮੇਰਾ ਬਸ ਚੱਲੇ ਨਾ, ਮੈਂ ਇਹਨੂੰ ਜ਼ਹਿਰ ਨਾ ਪਾ ਕੇ ਦੇ ਦਾਂ। ਪਰ ਨਹੀਂ, ਇੰਨੀ ਆਸਾਨੀ ਨਾਲ ਨਹੀਂ ਹੈਪੀ ਤੈਨੂੰ ਮਾਰਦੀ ਮੈਂ। ਤੁਸੀਂ ਇੱਥੇ? ਮੈਂ ਇੱਥੇ ਕੰਮ ਕਰਦੀ ਹਾਂ। ਕੀ ਕੰਮ ਆਏ ਸੀ ਤੁਸੀਂ? ਉਹ ਹੈਪੀ ਨੇ ਭੇਜਿਆ ਸੀ ਰੋਟੀ ਲੈ ਕੇ ਜਾਣੀ ਸੈਲਰ 'ਚ। ਅੱਛਾ, ਮੈਂ ਰੋਟੀ ਹਜੇ ਬਣਾਉਣੀ ਆ। ਅੱਛਾ ਚਲ ਬਣਾ ਦਿਓ ਫਿਰ ਜਲਦੀ, ਲੈ ਜਾਣਾ। ਏਡੀ ਵੀ ਕੀ ਕਾਹਲੀ ਹੈ ਜਨਾਬ, ਦੋ ਪਲ ਸਾਡੇ ਕੋਲ ਵੀ ਖਰਚਿਆ ਕਰੋ। ਕੋਈ ਨਾ, ਪਕਾ ਕੇ ਦੇ ਦਿੰਦੀ ਹਾਂ ਰੋਟੀ ਮੈਂ। ਕੀ ਗੱਲ, ਕੋਈ ਜ਼ਿਆਦਾ ਇੰਟਰਸਟ ਨਹੀਂ ਲੈ ਰਿਹਾ ਅੱਜ ਕੱਲ੍ਹ? ਕਈ ਦਿਨਾਂ ਤੋਂ ਦੇਖ ਰਿਹਾ ਮੈਂ। ਲੈ ਇੰਟਰਸਟ ਲਵਾਂ ਨਾ, ਦਿਲ ਜੋ ਆ ਗਿਆ ਤੁਹਾਡੇ 'ਤੇ। ਕੁਝ ਦਿਨ ਪਹਿਲਾਂ ਇਹ ਦਿਲ ਹੈਪੀ 'ਤੇ ਨਹੀਂ ਆਇਆ ਸੀ? ਕਿੰਨੇ ਕੁ ਦਿਲ ਨੇ ਤੁਹਾਡੇ ਕੋਲ ਜੋ ਐਂ ਵੰਡਦੇ ਫਿਰਦੇ ਹੋ ਨਾ? ਹੁਣ ਹੈਪੀ ਦੇ ਪਿਆਰ ਤੋਂ ਦਿਲ ਭਰ ਗਿਆ? ਹੈਪੀ ਨੂੰ ਪਿਆਰ? ਉਹ ਬੰਦਾ ਸਿਰਫ ਨਫ਼ਰਤ ਦੇ ਲਾਇਕ ਆ, ਨਾਲੇ ਸਾਡੇ ਗਰੀਬਾਂ ਦੀ ਇੰਨੀ ਔਕਾਤ ਕਿੱਥੇ ਕਿ ਕਿਸੇ ਨੂੰ ਅੱਖ ਚੱਕ ਕੇ ਦੇਖ ਲਈਏ। ਅੱਛਾ, ਵੈਸੇ ਉਹ ਤਾਂ ਮੇਰੀ ਮਜਬੂਰੀ ਸੀ, ਪਿਆਰ ਤਾਂ ਮੈਂ ਤੁਹਾਨੂੰ ਪਹਿਲੇ ਦਿਨੋਂ ਕਰਦੀ ਸੀ। ਚੱਲ ਕੋਈ ਨਹੀਂ, ਤੁਸੀਂ ਰੋਟੀ ਲੈ ਕੇ ਆਓ ਪਾ ਕੇ, ਮੈਂ ਜਾਣਾ। ਲਿਆਉਣੀ ਆ ਚਾਹੁੰਦੀ ਵੀ ਹੈ। ਉਹ ਕੀ ਹਾਲ ਹੈ ਹੈਪੀ? ਠੀਕ ਹੈ ਬਾਈ, ਵਧੀਆ। ਅੱਛਾ ਗੱਲ ਸੁਣ, ਟਾਈਮ ਮਿਲੀ ਤੂੰ ਮੈਨੂੰ ਜੀਤੋ, ਉਹਨੇ ਲਾਂਬਾ ਦਿੱਤਾ ਮੈਨੂੰ ਕਿ ਤੂੰ ਕੰਮ ਤੋਂ ਹਟਾ ਦਾ ਉਹਨੂੰ। ਉਹ ਬਾਈ ਤੈਨੂੰ ਪਤਾ ਹੀ ਹੈ ਯਾਰ, ਹੁਣ ਉਹਦਾ ਬੁੱਢਾ ਸਰੀਰ ਹੋ ਰਿਹਾ, ਉਹਦਾ ਕਿਹੜਾ ਕੰਮ ਹੁੰਦਾ ਸੀਗਾ, ਜੇ ਮੈਂ ਉਹਨੂੰ ਕੋਈ ਕੰਮ ਕਰਨ ਨੂੰ ਕਹਿੰਦਾ ਸੀ ਭੁੱਲ ਜਾਂਦੀ ਨਹੀਂ, ਮੇਰੇ ਆਉਂਦੇ ਨੂੰ ਸਾਰਾ ਕੰਮ ਆਈ ਛੱਡਿਆ ਪਿਆ ਹੁੰਦਾ ਸੀ ਯਾਰ। ਓਏ ਉਹ ਤਾਂ ਗੱਲ ਤੇਰੀ ਠੀਕ ਹੈ, ਫਿਰ ਹੁਣ ਕੰਮ ਤਾਂ ਕਿਸੇ ਨੂੰ ਹੋਰ ਰੱਖ ਲਿਆ। ਹਾਂ ਹਾਂ, ਉਹ ਮੁੰਡਾ ਲੱਗਿਆ ਹੁੰਦਾ ਸੀ ਆਪਣੇ ਸੰਗਤ ਜਿਹੜਾ ਸ਼ੈਲਰ 'ਚ ਲੱਗਿਆ ਹੋਇਆ ਸੀ, ਉਹ ਨਸ਼ੇ ਨੁਸ਼ੇ 'ਚ ਕਰਨ ਲੱਗ ਗਿਆ ਸੀ ਯਾਰ, ਉਹਦੇ ਘਰ ਵਾਲੀ ਕਹਿੰਦੀ ਔਖਾ ਹੋਇਆ ਪਿਆ ਪੈਸੇ ਟਕੇ ਕਿੰਨੇ ਹੋ। ਮੈਂ ਚੱਲ ਤੂੰ ਮੇਰੇ ਘਰੇ ਲੱਗ ਜਾ ਕੰਮ 'ਤੇ। ਚੱਲ ਠੀਕ ਹੈ ਠੀਕ ਹੈ, ਚਾਹ ਗੱਲ ਸੀ, ਮੈਂ ਸੋਚਿਆ ਪਤਾ ਨਹੀਂ ਕਿਉਂ ਉਹ ਵਿਚਾਰੀ ਨੂੰ ਲਾਂਬਾ ਦਿੱਤਾ। ਚੱਲ ਕੋਈ ਨਹੀਂ, ਹਾਂ ਹਾਂ ਵਧੀਆ ਕੀਤਾ, ਠੀਕ ਹੈ ਮਿਲਦੇ ਹਾਂ ਫਿਰ। ਠੀਕ ਹੈ ਠੀਕ ਹੈ। ਵੈਸੇ ਇੱਕ ਗੱਲ ਤਾਂ ਮੈਂ ਵੀ ਚੰਗੀ ਤਰ੍ਹਾਂ ਜਾਣਦੀ ਹਾਂ, ਪਿਆਰ ਤਾਂ ਤੂੰ ਮੈਨੂੰ ਕਰਦਾ ਆ, ਪਰ ਕਦੇ ਤੇਰੇ 'ਚ ਹਿੰਮਤ ਨਹੀਂ ਪਈ ਕਹਿਣ ਦੀ। ਯਾਰ ਮੰਦਾ ਹੀ ਨਹੀਂ ਸਮਝ ਆਉਂਦੀ, ਤੈਨੂੰ ਹੋਇਆ ਕੀ ਹੈ? ਅੱਗੇ ਤਾਂ ਤੂੰ ਅੱਖ ਝੱਕ ਪਾ ਕੇ ਨਹੀਂ ਦੇਖਦੀ ਸੀ, ਹੁਣ ਸਿੱਧਾ ਪਿਆਰ ਤੱਕ ਪਹੁੰਚ ਗਈ। ਜਦੋਂ ਇੰਨੀ ਸੋਹਣੀ ਕੁੜੀ ਇੰਨਾ ਸੋਹਣਾ ਔਫਰ ਦੇਵੇ ਫਿਰ ਬਾਹਲਾ ਸੋਚੀਦਾ ਨਹੀਂ ਹੁੰਦਾ, ਕਿਉਂਕਿ ਕਈ ਵਾਰ ਜ਼ਿੰਦਗੀ 'ਚ
ਇਹੋ ਜਿਹੇ ਮੌਕੇ ਇੱਕੋ ਵਾਰ ਮਿਲਦੇ ਨੇ। ਹੁਣ ਤੂੰ ਚਾਹੁੰਦੀ ਕੀ ਆ? ਬਸ ਘਰੇ ਆ ਜੀ, ਸਾਡੇ 4 ਵਜੇ ਉਡੀਕ ਕਰੂੰਗੀ ਤੇਰੀ। ਸੰਜੇ ਤੂੰ ਇੱਥੇ ਕਿਵੇਂ? ਬਈ ਤੁਸੀਂ ਆਪ ਹੀ ਤਾਂ ਭੇਜੋ ਰੋਟੀ ਲੈਣ, ਰੋਟੀ ਲੈਣ ਆਇਆ ਸੀ ਮੇਰੇ। ਅੱਛਾ ਚੱਲ ਠੀਕ ਆ, ਟਾਈਮ ਨਾਲ ਜਾ ਯਾਰ, ਸ਼ੈਲਰ 'ਚ ਭੁੱਖੇ ਮਰਦੇ ਹੋਣਗੇ ਮੁਲਾਜ਼ਮ। ਠੀਕ ਆ ਬਈ, ਜਾਂਦਾ ਵਾ। ਬਣਾ ਦੀ ਖੀਰ ਮੇਰੇ ਵਾਸਤੇ, ਖਵਾ ਦੇ ਫਿਰ ਆਪਦੇ ਹੱਥ ਨਾਲ। ਚਲੋ ਖਵਾਉਂਦੀ ਹਾਂ। ਹਾਂ ਯਾਰ, ਰਮੇਸ਼ ਐਸਾ ਕਰੋ, ਸਭੀ ਬੰਦੋ ਕੋ ਲੈ ਜਾਓ, ਜੋ ਗਾੜੀ ਭਾਈ ਹੈ ਨਾ ਪਹਿਲੇ ਉਸਕੋ ਭਰੋ। ਠੀਕ ਹੈ, ਹੁਣ ਚੱਕਾ ਇੱਥੇ ਲਵਾ ਦੇਣਾ ਇੱਕ, ਆਹ ਕਰੇੜੀ ਚੱਕਾ ਕੇ। ਠੀਕ ਹੈ। ਹਾਂ ਸੰਜੇ। ਹਾਂਜੀ ਬਾਈ, ਉਹ ਖਵਾਤੀ ਸੀ ਮੁਲਾਜ਼ਮਾਂ ਨੂੰ ਰੋਟੀ ਯਾਰ? ਹਾਂ ਹਾਂ ਬਾਈ, ਖਵਾਤੀ ਸਾਰਿਆਂ ਨੂੰ। ਤੂੰ ਖਾ ਲਈ ਸੀ? ਯਾਰ ਮੇਰੇ ਕਿੱਥੇ ਲੰਘਦੀ ਰੋਟੀ ਬਾਈ। ਕੀ ਗੱਲ ਹੋ ਗਈ ਹੋਏ? ਦੱਸਦਾ ਤੈਨੂੰ, ਜਦੋਂ ਮੈਂ ਘਰੇ ਗਿਆ ਸੀ, ਉਹ ਨਹੀਂ ਹੈਗੀ ਉਹ ਸੰਗਤ ਜਿਹੜਾ ਮੁੰਡਾ ਉਹਦੇ ਘਰ ਵਾਲੀ, ਉਹਨੇ ਅੱਜ ਮੇਰਾ ਹੱਥ ਫੜ ਲਿਆ, ਮੈਨੂੰ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਹਾਂ। ਅੱਛਾ ਯਾਰ, ਐਂ ਕਿਹਾ ਉਹਨੇ? ਹਾਂ ਬਾਈ। ਪਰ ਤੂੰ ਕੀ ਕਿਹਾ? ਯਾਰ ਮੈਂ ਕੀ ਕਹਿੰਦਾ ਬਾਈ, ਮੈਂ ਸੋਚਿਆ ਵੀ ਤੁਹਾਡੇ ਨਾਲ ਗੱਲਬਾਤ ਆ, ਮੈਂ ਕਾਹਨੂੰ ਨਾਰ ਪਿੱਛੇ ਯਾਰ ਮਾਂ ਥੋੜ੍ਹੀ ਕਰਨੀ ਆਪਾਂ ਨੇ। ਉਹ ਯਾਰ ਐਡੀ ਟੈਨਸ਼ਨ ਨਾ ਲੈ ਤੂੰ, ਮੈਂ ਕਿਹੜਾ ਉਹਦੇ ਨਾਲ ਵਿਆਹ ਕਰਵਾਉਣਾ, ਨਾਲੇ ਹੁਣ ਵੈਸੇ ਵੀ ਮੇਰਾ ਤੁਹਾਡੇ ਤੋਂ ਮਨ ਜਾ ਭਰ ਗਿਆ ਯਾਰ, ਤੂੰ ਦੇਖ ਲੈ ਟਰਾਈ ਕਰਕੇ ਜੇ ਤੇਰੀ ਗੱਲ ਮੰਨਦੀ ਆ ਤਾਂ। ਦੇਖਦਾ ਬਾਈ, ਵੈਸੇ ਉਹਨੇ ਮੈਨੂੰ ਬੁਲਾਇਆ 4 ਵਜੇ ਅੱਜ। ਉਹ ਜੇ ਤੈਨੂੰ 4 ਵਜੇ ਬੁਲਾਇਆ, ਸੁੱਖਿਆ ਵੀ 4 ਵਜੇ ਜਾਣਾ, ਹੁਣ ਟਾਈਮ ਹੈਗਾ, ਆ ਜਿਹੜਾ ਕੰਮ ਕਰਾਉਣ ਵਾਲਾ ਸਾਰਾ ਮੈਂ ਕਰਵਾ ਦੇਣਾ, ਉਹਨਾਂ ਨੂੰ ਗੱਡੀ ਭਰਵਾਉਣ ਵਾਲੇ ਕਿਹਾ ਤੂੰ, ਬਾਕੀ ਦਾ ਕੰਮ ਆਪੇ ਦੇਖ ਲੈਣਾ, ਤੂੰ ਜਾ ਕੇ ਹੁਣ ਹੀ ਜਾਇਆ, ਉਹ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਜਾ ਚੱਲ ਜਾਇਆ। ਹਾਂ ਜਾਇਆ ਜਾਇਆ, ਬਾਕੀ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ। ਨਾ ਨਾ ਬਾਈ, ਫੋਨ ਕਰਦੀ। ਠੀਕ ਹੈ ਬਾਈ, ਜਾਇਆ ਜਾਇਆ। ਅੱਛਾ ਸੰਜੇ, ਮੇਰੀ ਗੱਲਾਂ 'ਚ ਆਈ ਤਾਂ ਜਾਂਦਾ, ਪਰ ਜੇ ਸੰਜੇ ਇੱਕ ਵਾਰ ਮੇਰਾ ਸਾਥ ਦੇ ਦੇਵੇ, ਹੈਪੀ ਨੂੰ ਮਾਰਨਾ ਮੇਰੇ ਲਈ ਹੋਰ ਵੀ ਆਸਾਨ ਹੋ ਜੂ। ਆ ਤਾਂ ਜਾਊਗਾ ਮੇਰੀਆਂ ਗੱਲਾਂ 'ਚ। ਪਰ ਇੰਨੀ ਜਲਦੀ? ਮੈਂ ਤਾਂ ਤੈਨੂੰ 4 ਵਜੇ ਕਿਹਾ ਸੀ। ਮਸਾ ਤਾਂ ਮੌਕਾ ਮਿਲਿਆ, ਕਿਵੇਂ ਛੱਡਦਾ? ਵੈਸੇ ਵੀ ਤੁਸੀਂ ਸੋਹਣੇ ਬਹੁਤ ਹੋ। ਅੱਛਾ ਜੀ ਸੰਜੇ, ਮੈਂ ਤੇਰੀ ਹੋਣ ਲਈ ਤਿਆਰ ਹਾਂ, ਪਰ ਮੇਰੀ ਇੱਕ ਸ਼ਰਤ ਹੈ। ਕੀ ਸ਼ਰਤ ਹੈ ਦੱਸ, ਮੈਂ ਮੰਨੂੰਗਾ। ਇਹੀ ਕਿ ਮੈਂ ਹੈਪੀ ਤੋਂ ਬਦਲਾ ਲੈਣਾ ਚਾਹੁੰਦੀ ਹਾਂ। ਕੀ ਮਤਲਬ? ਮਤਲਬ ਸਾਫ਼ ਹੈ, ਤੈਨੂੰ ਵੀ ਪਤਾ ਹੈਪੀ ਨੇ ਮੇਰੇ ਨਾਲ ਕੀ ਕੁਝ ਕੀਤਾ, ਤੇ ਉਹਦਾ ਬਦਲਾ ਮੈਂ ਲਊਂਗੀ, ਤੇ ਉਹਦੇ ਵਿੱਚ ਮੈਨੂੰ ਤੇਰਾ ਸਾਥ ਚਾਹੀਦਾ। ਕਰਨਾ ਕੀ ਹੋਊਗਾ? ਹੈਪੀ ਦੀ ਪ੍ਰੋਪਰਟੀ ਸਾਰੀ ਮੈਂ ਆਪਣੇ ਨਾਮ ਕਰਵਾਉਣਾ ਚਾਹੁੰਦੀ ਹਾਂ। ਫਿਰ ਉਹ 'ਚ ਮੇਰਾ ਕੀ ਫਾਇਦਾ? ਸੰਜੇ ਦੇਖ, ਜੇ ਮੈਂ ਤੇਰੀ ਹੋ ਗਈ ਤਾਂ ਜੋ ਮੇਰਾ ਆ ਉਹ ਸਭ ਕੁਝ ਤੇਰਾ, ਮਤਲਬ ਇਹ ਕਿ ਉਹ ਪ੍ਰੋਪਰਟੀ ਆਪਣੇ ਦੋਵਾਂ ਦੀ ਹੋਊਗੀ। ਦੇਖ ਲਾ, ਸੋਚ ਲਾ। ਕਰਨਾ ਕੀ ਹੈ? ਇਸ ਤੋਂ ਬਾਅਦ ਕਰੇਂਗੀ ਕੀ ਤੂੰ? ਹਾਂ ਦੱਸਦੀ ਹਾਂ, ਆ ਜਾ ਬੈਠ ਕੇ ਗੱਲ ਕਰਦੇ ਹਾਂ। ਅੱਜ ਮੈਂ ਸ਼ਾਮ ਨੂੰ ਤੇਰੇ ਆਉਣ ਤੋਂ ਪਹਿਲਾਂ ਉਹਨੂੰ ਦਾਰੂ ਪਿਆ ਕੇ ਰੱਖੂੰਗੀ। ਮੈਂ ਪ੍ਰੋਪਰਟੀ ਦੇ ਕਾਗਜ਼ ਤਾਂ ਪਹਿਲਾਂ ਹੀ ਲੈ ਆਈ ਹਾਂ, ਅਤੇ ਇਹਨਾਂ 'ਤੇ ਤੂੰ ਸਾਈਨ ਕਰਵਾਉਣਾ। ਪਰ ਸਾਈਨ ਤਾਂ ਤੂੰ ਵੀ ਕਰਵਾ ਸਕਦੀ ਸੀ। ਹਾਂ ਕਰਵਾ ਤਾਂ ਮੈਂ ਸਕਦੀ ਸੀ, ਪਰ ਉਹਨੂੰ ਮੇਰੇ 'ਤੇ ਯਕੀਨ ਨਹੀਂ, ਅਤੇ ਨਾਲੇ ਮੈਂ ਕੀ ਕਹਿ ਕੇ ਕਰਵਾਉਂਗੀ? ਪਰ ਤੇਰੇ 'ਤੇ ਯਕੀਨ ਉਹਨੂੰ ਬਹੁਤ ਹੈ, ਅਤੇ ਜੇ ਤੂੰ ਸਾਈਨ ਕਰਵਾਏਗਾ ਤੂੰ ਕੋਈ ਵੀ ਬਹਾਨਾ ਲਗਾ ਸਕਦਾ, ਸੈਲਰ ਦਾ ਜਾਂ ਕੁਛ ਵੀ, ਤਾਂ ਉਹਨੇ ਸਾਈਨ ਕਰ ਦੇਣੇ ਆ। ਠੀਕ ਹੈ। ਸਿਮਰਨ ਬੱਸ ਕਰ ਯਾਰ, ਕਿੰਨੇ ਕੁ ਵਜੇ ਆਏਂਗੀ ਅਜੇ?
ਕੁਛ ਨਹੀਂ ਹੋਇਆ, ਥੋੜ੍ਹੀ ਜਿਹੀ ਹੋਰ ਲੈ ਲਓ। ਉਹ ਥੋੜ੍ਹੀ ਥੋੜ੍ਹੀ ਕਰਦੇ ਸਾਰੀ ਬੋਤਲ ਪਿਆਤੀ ਨੇ। ਇਹ ਨਜ਼ਾਰਾ ਵੀ ਕਦੇ ਕਦੇ ਮਿਲਦਾ ਆ। ਇਹ ਤਾਂ ਗੱਲ ਹੈਗੀ ਹੈ ਯਾਰ, ਅਸ ਤੇਰੇ ਹੱਥ ਦੀ ਪੀ ਕੇ ਨਾ ਸਵਾਦ ਆ ਗਿਆ ਸੱਚੀਓ। ਚੱਕੋ ਚਲ, ਇੱਕ ਮਿੰਟ, ਮੈਨੂੰ ਫੋਨ ਆ ਗਿਆ। ਆਹ ਕਰ ਲੈ ਗੱਲ। ਸੰਜੇ ਕਿੰਨਾ ਲੇਟ ਹੋ ਗਿਆ, ਉਹਨੂੰ ਮੈਂ ਕਿਹਾ ਸੀ ਟਾਈਮ 'ਤੇ ਆ ਸੀ। ਸੰਜੇ ਤੈਨੂੰ ਮੈਂ ਕਿਹਾ ਸੀ ਜਲਦੀ, ਅਜੇ ਫਿਰ ਲੇਟ ਹੋ ਗਿਆ ਯਾਰ, ਬੜਾ ਕੰਮ ਹੋ ਗਿਆ ਸੀ। ਚੱਲ ਠੀਕ ਆ, ਆਹ ਫੜ ਕਾਗਜ਼। ਹੈਪੀ ਨਾ ਹੁਣ ਨਸ਼ੇ 'ਚ ਪੂਰਾ ਟੌਂਗ ਲੈ, ਮੈਂ ਪੂਰੀ ਬੋਤਲ ਪਿਆਤੀ ਆ। ਟੈਨਸ਼ਨ ਲੈਣ ਦੀ ਲੋੜ ਨਹੀਂ, ਜਿਹੜਾ ਕੰਮ ਕਿਹਾ ਉਹ ਕਰ। ਵੈਸੇ ਸਾਰਾ ਕੁਝ ਠੀਕ ਹੈ ਨਾ? ਸਭ ਕੁਛ ਸੈੱਟ, ਮੈਨੂੰ ਕੁਛ ਨਹੀਂ ਪਤਾ। ਮੈਂ ਕਰਦਾ ਫਿਰ। ਠੀਕ ਹੈ ਠੀਕ ਹੈ, ਇੱਥੇ ਖੜ ਤੂੰ। ਬਾਈ ਹੈਪੀ ਬਾਈ। ਹਾਂ ਸੰਜੇ, ਕੀ ਗੱਲ, ਬਾਹਲੀ ਡੱਕ ਜੇ ਲਿਆ। ਤੂੰ ਕੀ ਲੈਣਾ ਹੁਣ? ਉਹ ਮੈਂ ਤਾਂ ਕੰਮ ਆਇਆ ਸੀ, ਮੈਂ ਸੈਨ ਜੇ ਕਰਾਉਣੇ ਸੀ। ਕੀ ਗੱਲ, ਬੋਤਲੇ ਖਿੱਚਦੀ? ਉਹ ਸੈਨ ਤਾਂ ਮੈਂ ਬਾਅਦ 'ਚ ਕਰ ਦੂੰਗਾ, ਤੂੰ ਐਂ ਕਰ ਪੈਕ ਲਾ ਪਹਿਲਾਂ। ਨਾ ਨਾ ਬਾਈ, ਮੈਂ ਨਹੀਂ ਲਾਉਣਾ, ਮੈਨੂੰ ਕੰਮ ਜਾਣਾ ਬਾਈ, ਸੈਲਰ ਜਾ ਕੇ ਆਉਣਾ ਹਾਲੇ। ਅਤੇ ਉਹ ਇੱਕ ਸੈਨ ਜੇ ਕਰਿਓ ਮਾੜਾ ਜਿਹਾ। ਉਹ ਕਿਹੜੇ ਸੈਨ ਯਾਰ, ਸਵੇਰੇ ਕਰ ਦੂੰਗਾ ਹੁਣ। ਉਹ ਬਾਈ ਬਹੁਤ ਜ਼ਰੂਰੀ ਹੈ, ਸਵੇਰੇ ਮਾਲ ਭੇਜਣਾ ਸਨਾਮ, ਉਹਦੀ ਹੋਵੇ, ਉਹਦੀ ਫਾਈਲ ਆਏ। ਛੋਲਿਆ ਫੜਾ ਕਰਿਓ ਮਾੜਾ ਜਿਹਾ, ਪੈਨ ਹੈਗਾ ਪੈਨ। ਇੱਕ ਮਿੰਟ, ਹੁਣ ਤੂੰ ਪੈ ਕੇ ਜਮੀਨ ਨਹੀਂ ਲਾਉਂਦਾ? ਨਾ ਨਾ ਬਾਈ, ਮੈਂ ਸਮਝਿਆ ਕਰੋ, ਮੈਂ ਕੰਮ ਕਰ ਲਾ ਹੁਣੇ, ਫਿਰ ਆਉਣਾ ਕਰ ਲਵੇ। ਇੱਥੇ ਇੱਥੇ ਗੱਲ ਹੈਪੀ, ਬਸ ਤੇਰੀ ਬਰਬਾਦੀ ਦੇ ਦਿਨ ਸ਼ੁਰੂ। ਜਿਹੜੇ ਪੈਸੇ ਦਾ ਸਹਾਰਾ ਲਾ ਕੇ ਤੂੰ ਮੈਨੂੰ ਬਰਬਾਦ ਕੀਤਾ ਸੀ ਨਾ, ਉਹੀ ਪੈਸਾ ਤੇਰੇ ਤੋਂ ਖੋ ਕੇ ਨਾ ਤੈਨੂੰ ਬਰਬਾਦ ਕਰੂੰ। ਠੀਕ ਹੈ ਬਾਈ, ਮੈਂ ਚੱਲਦਾ ਫਿਰ। ਹਾਂ ਠੀਕ ਹੈ, ਪੈ ਜਾ ਪੈ ਜਾ, ਕੋਈ ਨਹੀਂ ਧਿਆਨ ਨਾਲ। ਅੰਦਰ ਪਾ ਗਿਆ ਮੈਂ ਰੂਮ 'ਚ? ਨਾ ਨਾ ਬਾਈ, ਬਾਈ ਠੀਕ ਹੈ। ਸਿਮਰ ਤਿਆਰ ਆ ਤੂੰ? ਫਾਈਲ ਕਿੱਥੇ? ਆ ਦੇ। ਠੀਕ ਹੈ, ਬਸ ਇੱਕ ਵਾਰੀ ਪਾ ਫਾਈਲ ਵਕੀਲ ਨੂੰ ਜਮ੍ਹਾਂ ਕਰਾ ਦਈਏ, ਫਿਰ ਹੈਪੀ ਦਾ ਕੰਮ ਤਮਾਮ। ਮੇਰੇ ਸਾਲੇ ਨੇ ਅੱਜ ਸਾਰਿਆਂ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਹੈ। ਕੋਈ ਨਹੀਂ ਪੁੱਤ, ਅੱਜ ਦਾ ਦਿਨ ਹੀ ਹੈ ਤੇਰੇ ਕੋਲ, ਫਿਰ ਤਾਂ ਤੇਰੇ ਖੰਭ 'ਚ ਕੱਟੇ ਜਾਣਗੇ। ਚਲੀਏ। ਚਲੋ। ਕਿੱਧਰ ਨੂੰ ਲੈ ਕੇ ਚੱਲੇ ਤੁਸੀਂ? ਮੈਂ ਤਾਂ ਪੌਦਰ ਸੀ। ਮੇਰੀ ਗੱਲ ਤਾਂ ਸੁਣੋ, ਉੱਧਰ ਦੀ ਪੁਲਿਸ ਵਾਲੇ ਖੜੇ ਹੁੰਦੇ ਆ, ਚਲਾਣ ਹੋ ਜੂਗਾ, ਇਹ ਤਾਂ ਕੋਈ ਕਾਗਜ਼ ਪੱਤਰ ਹੈ ਨਹੀਂ। ਨਾਲੇ ਇੱਧਰ ਦੀ ਨਾ ਵਕੀਲ ਦਾ ਘਰ ਨੇੜੇ ਪੈਂਦਾ, ਛੇਤੀ ਪਹੁੰਚ ਜਾਂਗੇ ਆਪਾਂ। ਠੀਕ ਹੈ, ਪਰਵਾਹ ਨਾ ਕਰੋ। ਹੈਪੀ, ਸੰਜੇ ਤੂੰ ਮੈਨੂੰ ਹੈਪੀ ਕੋਲ ਲੈ ਕੇ ਆਇਆ? ਆ ਗਿਆ ਵਕੀਲ ਦਾ ਘਰ। ਸੰਜੇ ਤੂੰ ਹੈਪੀ ਨੂੰ ਸਾਰਾ ਕੁਝ ਦੱਸਦਾ ਨਹੀਂ ਦਿੱਤਾ? ਸੰਜੇ ਨੇ ਮੈਨੂੰ ਕੀ ਦੱਸਣਾ, ਤੇਰੇ ਵਰਗੀ ਦੇ ਤਾਂ ਅਸੀਂ ਅੱਖਾਂ ਪੜ ਲੈਂਦੇ ਹਾਂ। ਨਾਲੇ ਤੈਨੂੰ ਕੀ ਲੱਗਿਆ ਵੀ ਤੂੰ ਸਾਡੇ ਨਾਲ ਆਪਦੀ ਚਾਲ ਖੇਡ ਜਾਏਗੀ? ਪਤਾ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਲੱਗ ਗਿਆ ਸੀ ਤੇਰੀਆਂ ਹਰਕਤਾਂ ਦਾ, ਅਤੇ ਇਸ ਕਰਕੇ ਮੈਂ ਸੰਜੇ ਨੂੰ ਤੇਰੇ ਘਰ ਭੇਜਿਆ ਸੀ ਤੇਰੇ ਬਾਰੇ ਪਤਾ ਕਰਨ ਨੂੰ।
ਹੈਲੋ ਉਹ ਯਾਰ ਮੈਂ ਤਾਂ ਸੈਲਰ 'ਚ ਹੀ ਹਾਂ ਉਹ ਫੋਨ ਤਾਂ ਯਾਰ ਮੈਨੂੰ ਪਤਾ ਨਹੀਂ ਲੱਗਿਆ ਬਸ ਮਾੜਾ ਉੱਧਰ ਮੁਲਾਜ਼ਮ ਤੋਂ ਕੰਮ ਜਿਹਾ ਕਰਵਾਈ ਜਾਂਦਾ ਸੀਗਾ ਆ ਜਾ ਤੂੰ ਸੈਲਰ 'ਚ ਹੀ ਹਾਂ ਮੈਂ ਆ ਜਾ ਆ ਜਾ ਆ ਜਾ ਆ ਜਾ ਬਈ ਤੁਹਾਨੂੰ ਦੇਖਦਾ ਫਿਰਦਾ ਵਾ ਕੀ ਗੱਲ ਹੋ ਗਈ ਸੀ ਇੰਨੇ ਫੋਨ ਕਿੱਥੋਂ ਕਰੀ ਜਾਂਦਾ ਸੀ ਮੇਰੀ ਗੱਲ ਸੁਣੋ ਹਾਂ ਜਿਹੜੀ ਸਿਮਰ ਹੈ ਨਾ ਉਹ ਸੰਗਤ ਦੇ ਘਰ ਵਾਲੀ ਉਹ ਤੁਹਾਨੂੰ ਬਰਬਾਦ ਕਰਨ ਫਿਰਦੀ ਹੈ ਕੀ ਕਹੀ ਜਾਂਦਾ ਸਮਝਣ ਦੀ ਕੋਸ਼ਿਸ਼ ਕਰੋ ਉਹ ਤੁਹਾਡੇ ਕੋਲੋਂ ਥੋੜ੍ਹੀ ਪ੍ਰੋਪਰਟੀ ਦੇ ਕਾਗਜ਼ ਚੱਕ ਲਈ ਕਹਿੰਦੇ ਸਾਰਾ ਕੁਛ ਮੈਂ ਆਪਦੇ ਨਾਮ ਕਰਾ ਕੇ ਇਹਨੂੰ ਬਰਬਾਦ ਕਰਨਾ ਉਹ ਤੁਹਾਨੂੰ ਮਾਰਨ ਤੱਕ ਦੀ ਪਲੈਨਿੰਗ ਬਣਾਈ ਬੈਠੀ ਹੈ ਸੰਜੇ ਸ਼ੱਕ ਤਾਂ ਯਾਰ ਮੈਨੂੰ ਉਹਦੇ 'ਤੇ ਹੈਗੀ ਸੀ ਕਿਉਂਕਿ ਉਹ ਇੰਨੀ ਛੇਤੀ ਆਪਦਾ ਰੂਪ ਬਦਲ ਕੇ ਆਈ ਸੀ ਨਾ ਕੋਈ ਗੜਬੜ ਤਾਂ ਹੈਗੀ ਸੀ ਤਾਂ ਮੈਂ ਸੋਚਦਾ ਉਹਨੇ ਮੈਨੂੰ ਵੀ ਐਂ ਕਿਹਾ ਕੋਈ ਚੱਕਰ ਦਾ ਹੈ ਫਿਰ ਤੂੰ ਐਂ ਕਰ ਪਤਾ ਤਾਂ ਆਪਾਂ ਨੂੰ ਕਰਨਾ ਪਊਗਾ ਯਾਰ ਨਹੀਂ ਆਪਣੀਆਂ ਜੜਾਂ 'ਚ ਬਹਿ ਜੂਗੀ ਉਹ ਤੂੰ ਐਂ ਕਰ ਉਹਦੇ ਘਰੇ ਜਾ ਪਤਾ ਕਰਕੇ ਆ ਦੇਖ ਕੇ ਆ ਸਾਰੀ ਤਲਾਸ਼ੀ ਲਈ ਕਿਉਂਕਿ ਹੁਣ ਉਹ ਮੇਰੇ ਘਰੇ ਗਈ ਉਹ ਕੰਮ ਕਰਨਾ ਚੰਗੀ ਤਰ੍ਹਾਂ ਦੇਖੀ ਸਾਰਾ ਕੁਛ ਕੋਈ ਨਾ ਕੋਈ ਚੀਜ਼ ਆਪਾਂ ਨੂੰ ਮਿਲੂਗੀ ਕਿਉਂਕਿ ਸੰਗਤ ਵੀ ਗਾਇਬ ਯਾਰ ਸੰਗਤ ਵੀ ਨਹੀਂ ਪਤਾ ਕਿੱਥੇ ਆ ਕੋਈ ਨਾ ਬਾਈ ਮੈਂ ਦੇਖਦਾ ਤੂੰ ਬਾਹਲਾ ਨਾ ਸੋਚ ਨਾਲੇ ਗੱਲ ਸੁਣ ਪਤਾ ਨਹੀਂ ਲੱਗਣਾ ਚਾਹੀਦਾ ਉਹਨੂੰ ਵੀ ਮੇਰੇ ਮਗਰੋਂ ਕੋਈ ਘਰੇ ਆਇਆ ਸੀਗਾ ਬਾਈ ਤੂੰ ਬਸ ਐਂ ਕਰਨਾ 2 ਘੰਟੇ ਸਿਮਰ ਨੂੰ ਘਰੇ ਨਾਲ ਦੀ ਬਾਕੀ ਮੈਂ ਜਾ ਕੇ ਦੇਖਦਾ ਕੀ ਚੱਕਰ ਹਾਂ ਬਾਈ ਮੈਨੂੰ ਛੇਤੀ ਪਤਾ ਕਰਕੇ ਆ ਜਾਂਗਾ ਠੀਕ ਹੈ ਬਾਈ ਸਿਮਰ ਹਾਂ ਹਾਂ ਕੋਈ ਗੱਲ ਨਹੀਂ ਮੈਂ ਭੇਜ ਦੂੰਗਾ ਬਸ ਮੁਲਾਜ਼ਮ ਕਰੀ ਜਾਂਦੇ ਨੇ ਯਾਰ ਸਾਰਾ ਚੱਲ ਹੁਣ ਬਾਅਦ 'ਚ ਕਰਦਾ ਸੰਜੇ ਕਿੱਥੇ ਯਾਰ ਇੰਨਾ ਟਾਈਮ ਕਾਹਤੋਂ ਲਾਇਆ ਆ ਬਈ ਦੱਸਦਾ ਸਾਰੀ ਗੱਲ ਆ ਦੇਖ ਇਹ ਕੀ ਆ ਚੱਕ ਮਿਲਿਆ ਉਹਦੇ ਘਰੋਂ ਇਹ ਉਹੀ ਚੱਕ ਆ ਜਿਹੜਾ ਤੁਸੀਂ ਸੰਗਤ ਨੂੰ ਦਿੱਤਾ ਸੀ ਹਾਂ ਯਾਰ ਚੱਕ ਤਾਂ ਉਹੀ ਆ ਇਹਦਾ ਮਤਲਬ ਸਿਮਰ ਝੂਠ ਬੋਲ ਰਹੀ ਆ ਵੀ ਸੰਗਤ ਪੈਸੇ ਲੈ ਕੇ ਭੱਜ ਗਿਆ ਪਰ ਸਾਲਾ ਸੰਗਤ ਹੈ ਕਿੱਥੇ ਉਹ ਕਿੱਥੇ ਲੁਕਿਆ ਹੋਇਆ ਬਾਈ ਮੈਨੂੰ ਤਾਂ ਸ਼ੱਕ ਆ ਯਾਰ ਕਿਤੇ ਉਹਨੂੰ ਗੱਡੀ 'ਤੇ ਨਹੀਂ ਚੜ੍ਹਤਾ ਇਹਨੇ ਨਾ ਯਾਰ ਸਿਮਰ ਇੰਨੀ ਵੀ ਦਲੇਰ ਨਹੀਂ ਲੱਗਦੀ ਵੀ ਸੰਗਤ ਨੂੰ ਮਾਰਤਾ ਹੋਊਗਾ ਪਰ ਪਤਾ ਵੀ ਕੁਛ ਨਹੀਂ ਯਾਰ ਬਈ ਮੈਂ ਤਾਂ ਐਂ ਕਹਿੰਦਾ ਮੇਰੀ ਸਲਾਹ ਮੰਨੋ ਜੇ ਹਾਂ ਪੁਲਿਸ ਨੂੰ ਇਤਲਾਹ ਕਰ ਦਿੰਦੇ ਹਾਂ ਓਏ ਨਾ ਨਾ ਪੁਲਿਸਾਂ ਨੇ ਤਾਂ ਦੱਸ ਕੇ ਤਾਂ ਆਪਾਂ ਵੀ ਫਸਾਂਗੇ ਆਪਣੇ 'ਤੇ ਵੀ ਰੇਪ ਦਾ ਕੇਸ ਪੈ ਸਕਦਾ ਜੇ ਮੇਰੀ ਮੰਨੇ ਨਾ ਤਾਂ ਕੰਮ ਕਰ ਜਿਵੇਂ ਸਾਰਾ ਕੁਛ ਚੱਲੀ ਜਾਂਦਾ ਉਵੇਂ ਚੱਲਣ ਦੇ ਤੂੰ ਸਿਮਰ ਦੇ ਥੋੜ੍ਹਾ ਜਿਹਾ ਹੋਰ ਕਰੀਬ ਜਾ ਪਤਾ ਕਰ ਵੀ ਉਹ ਕਰਨਾ ਕੀ ਚਾਹੁੰਦੀ ਆ ਇੰਨਾ ਕਰ ਤੈਨੂੰ ਕਰਨਾ ਪਊਗਾ ਠੀਕ ਹੈ ਬਾਈ ਮੈਂ ਕਰਦਾ ਤੁਸੀਂ ਆਪਦਾ ਥੋੜ੍ਹਾ ਧਿਆਨ ਰੱਖਿਓ ਠੀਕ ਹੈ ਹਾਂ ਮੈਂ ਤਾਂ ਆਪਦਾ ਧਿਆਨ ਰੱਖੂੰਗਾ ਤੂੰ ਵੀ ਥੋੜ੍ਹਾ ਧਿਆਨ ਨਾਲ ਕੋਈ ਨਹੀਂ ਪਤਾ ਵੀ ਨਹੀਂ ਲੱਗਣਾ ਚਾਹੀਦਾ ਉਹਨੂੰ ਵੀ ਹੁਣ ਇਹਨਾਂ ਦੀ ਕੋਈ ਗੇਮ ਚੱਲ ਰਹੀ ਆ ਸਾਰੀ ਗੱਲ ਮੇਰੇ 'ਤੇ ਛੱਡ ਦਿਉ ਬਈ ਹਾਂ ਮੈਂ ਕਰਦਾ ਕੁਝ ਜਾ ਕੇ ਬਸ ਠੀਕ ਆ ਵੈਸੇ ਤਾਂ ਸਾਨੂੰ ਲੱਗਦਾ ਵੀ ਤੂੰ ਸੰਗਤ ਦਾ ਕਤਲ ਕੀਤਾ ਪਰ ਤੂੰ ਆਪਦੇ ਮੂੰਹੋਂ ਦੱਸ ਦੇ ਵੀ ਸੱਚ ਕੀ ਆ ਅਤੇ ਸੰਗਤ ਕਿੱਥੇ ਆ ਜਦੋਂ ਗੱਲ ਔਰਤ ਦੀ ਇੱਜ਼ਤ 'ਤੇ ਆ ਜਾਂਦੀ ਹੈ ਨਾ ਉਹਦੇ 'ਚ ਦੁਨੀਆਂ ਨੂੰ ਖਤਮ ਕਰਨ ਦੀ ਤਾਕਤ ਆਪਣੇ ਆਪ ਹੀ ਆ ਜਾਂਦੀ ਆ ਤੇ ਮੈਂ ਸੰਗਤ ਦਾ ਉਹ ਹਾਲ ਕੀਤਾ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਪਾਣੀ ਲੈ ਗਈ ਉਹ ਤੂੰ ਹੁਣ ਬਾਹਰ ਆ ਜਾ ਉਸ ਗੱਲ ਤੋਂ ਹੁਣ ਆਪਾਂ ਪੈਸਿਆਂ 'ਚ ਹੋ ਗਏ ਪੈਸਿਆਂ 'ਚ ਤੈਨੂੰ ਪਤਾ
ਜਿਹੜੀ ਗੇਮ ਤੂੰ ਸਾਡੇ ਨਾਲ ਖੇਡਦੀ ਸੀ ਨਾ ਉਹਦੇ ਅਸੀਂ ਚੈਂਪੀਅਨ ਰਹੇ ਹੋਏ ਹਾਂ। ਮਤਲਬ ਤੈਨੂੰ ਕੀ ਲੱਗਦਾ ਸੀ ਵੀ ਤੂੰ ਸਾਡੇ ਤੋਂ ਬਦਲਾ ਲਏਂਗੀ? ਔਰ ਤੇਰੀ ਔਕਾਤ ਹੀ ਕੀ ਆ ਸਾਡੇ ਤੋਂ ਬਦਲਾ ਲੈਣ ਦੀ? ਜੇ ਤੂੰ ਸਾਡੇ ਹਿਸਾਬ ਨਾਲ ਚੱਲਦੀ ਨਾ ਤਾਂ ਸ਼ਾਇਦ ਤੇਰੀ ਜਾਨ ਬਚ ਜਾਂਦੀ, ਪਰ ਤੂੰ ਜਿਵੇਂ ਆਕੜ ਕਰਕੇ ਆਪਣੀ ਇੱਜ਼ਤ ਗਵਾਈ ਸੀ ਨਾ ਉਵੇਂ ਅੱਜ ਤੂੰ ਆਪਣੀ ਜਾਨ ਗਵਾਏਂਗੀ। ਸੰਜੇ ਲੈ ਵੀ, ਸੰਜੇ ਨਵੇਂ ਕਿਰਾਏਦਾਰ ਲਿਆਉਣ ਦੀ ਤਿਆਰੀ ਕਰ ਹੁਣ ਤੂੰ। ਰੱਬ ਵੀ ਬਣਿਆ ਅਮੀਰਾਂ ਦਾ, ਕੀ ਦੋਸ਼ ਦਈਏ ਨਸੀਬਾਂ ਨੂੰ, ਇੱਥੇ ਸਭ ਕੁਝ ਵਿਕਿਆ ਹੋਇਆ ਏ, ਕਿੱਥੇ ਮਿਲਦਾ ਇਨਸਾਫ ਗਰੀਬਾਂ ਨੂੰ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਸੀਰੀਜ਼ ਦਾ ਤਾਂ ਇੱਥੇ ਐਂਡ ਹੋ ਗਿਆ, ਅਤੇ ਤੀਜਾ ਪਾਰਟ ਫਿਲਮ ਦਾ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ, ਅਤੇ ਨਵੀਂ ਸੀਰੀਜ਼ ਆ ਜਿਹੜੀ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ, ਬਹੁਤ ਸਾਰਾ ਪਿਆਰ ਦਿੰਦੇ ਰਹੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ।